ਮੀਥਿਆ ਨੂੰ ਕਿਹਾ ਚੱਲ ਮੇਰੇ ਨਾਲ ਆਪਾਂ ਇਹਨੂੰ ਮਾਝੇ 'ਚ ਲੈ ਕੇ ਜਾਂਦੇ ਕਿਸੇ ਨਰੋਲ ਪੇਂਡੂ ਏਰੀਏ 'ਚ, ਸਾਨੂੰ ਦੋਨਾਂ ਨੂੰ ਖੜੇ ਕਰ ਦਿਓ। ਮੈਨੂੰ ਤਾਂ 90 ਸਾਲ ਦੀ ਬੁੜੀ ਵੀ ਪਛਾਣ ਲੂਗੀ ਕਿ ਆਹ ਖੇਰਾ ਵਾ, ਇਹ ਰੋਜ਼ ਬੋਲਦਾ ਪੰਜਾਬ ਦੇ ਵਿੱਚ, ਆਹ ਬਾਬੂ ਜੀ ਕੌਣ ਹੈ ਅਗਲੇ ਨਾਲ ਦੇ, ਇਹਦੀ ਪਛਾਣ ਹੀ ਹੈ ਨਹੀਂ। ਇਹਨੂੰ ਤਾਂ ਸੰਗਰੂਰ ਦੇ 9 ਹਲਕਿਆਂ ਦੇ ਵਿੱਚ ਲੋਕ ਨਹੀਂ ਜਾਣਦੇ। ਸੰਗਰੂਰ ਦੇ ਵਿੱਚ ਆ ਕੇ ਜਿਹੜੀ ਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਸਾਡੀ ਰਾਜਧਾਨੀ ਹੈ, ਇਹਨੂੰ ਹਿਲਾਉਣਾ ਸੌਖਾ ਨਹੀਂ। ਸੰਗਰੂਰ 'ਚ ਆਮ ਆਦਮੀ ਪਾਰਟੀ ਦੀ ਲੜਾਈ 'ਚ ਹੀ ਨਹੀਂ ਹੈਗੀ ਜੀ, ਉਲਟੀ ਲਿਆ। ਇਹਨਾਂ ਦੇ ਜਿੰਨੇ ਵਰਕਰ ਸੀ ਧੂਰੀ ਦੇ ਉਹ ਘਰ ਬਹਿ ਗਏ, ਕਹਿੰਦੇ ਇੱਥੋਂ ਕੰਮ ਕਰਾ ਲਓ। ਗਾਲੀ ਗਲੋਚ, ਪਰਚੋ ਪਰਚੀ, ਬਲਕਾਰ ਸਿੰਘ ਮਿਨਿਸਟਰ ਦੀ ਇੱਕ ਐਡੀ ਅਸ਼ਲੀਲ ਵੀਡੀਓ, ਪਰ ਇਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਗਾ। ਬਲਕਾਰ ਸਿੰਘ ਵਾਲਾ, ਉਹਦਾ ਜਵਾਬ ਵੀ ਤੁਸੀਂ ਸੁਣ ਲਿਆ ਹੋਣਾ ਮੰਤਰੀ ਸਾਹਿਬ ਕੀ ਕਹਿੰਦੇ ਨੇ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਉਹ ਕਹਿੰਦੇ ਕਿ ਮੇਰੇ 'ਤੇ ਧਿਆਨ 'ਚ ਹੀ ਨਹੀਂ ਹੈ ਅਤੇ ਇੱਕ ਮੀਡੀਆ ਦੇ ਨਾਲ ਨਾਲ ਤੁਰਦੇ ਆ ਰਹੇ ਆ, ਉਹ ਹੱਸ ਕੇ ਜਵਾਬ। ਉਹੀ ਮੈਂ ਕਹਿਣਾ, ਹੱਦ ਹੋ ਗਈ। ਇਹ NSA ਹੁਕਮ BJP ਨੇ ਉੱਤੋਂ ਭੇਜਿਆ, ਲਾਈ ਭਗਵੰਤ ਮਾਨ ਨੇ। ਹੁਣ ਇੱਕ ਦਿਨ ਮੀਥੇਰ ਕਹਿ ਰਿਹਾ ਸੀਗਾ ਇਹ ਤਾਂ ਸੈਂਟਰ ਨੇ ਲਾਈ, ਦੇਖੋ ਕਿੱਡਾ ਬੇਵਕੂਫ ਬਣਾ ਰਹੇ ਨੇ। ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਆਉਣ ਨਾਲ ਮੀਥੇਰ ਕਹਿੰਦੇ ਅੰਦਰੋਂ ਬਾਗੋ ਬਾਗ ਨੇ ਕਿ ਇਹਨਾਂ ਦਾ ਵੋਟ ਬੈਂਕ ਤੇ ਆਪਸ 'ਚ ਹੀ ਵੰਡਿਆ ਜਾਣਾ, ਮੈਨੂੰ ਫਾਇਦਾ ਹੋਣਾ। ਉਹਦੀ ਕੈਲਕੂਲੇਸ਼ਨ ਬਿਲਕੁਲ 0 ਆ ਜੀ, ਮੈਂ ਤੁਹਾਨੂੰ ਕਹਿ ਰਿਹਾ ਪਲੀਜ਼ ਗੋ ਰੈਂਡਮਲੀ ਚੈੱਕ ਕਰੋ। ਪਿਛਲੇ 10 ਦਿਨ ਤੋਂ ਝਾੜੂ ਆਊਟ ਆਫ ਫਾਈਟ ਹੋ ਗਿਆ। ਔਰ ਸਿਮਰਨਜੀਤ ਸਿੰਘ ਮਾਨ ਸਾਡੇ ਆਦਰਨੀਏ ਨੇ, ਬਟ ਉਹਨਾਂ ਦਾ ਵੀ ਏਜ ਫੈਕਟ, ਔਰ ਇੱਕ ਉਹਨਾਂ ਦੇ ਉੱਤੇ ਜਿਹੜਾ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ BJP ਨੂੰ ਪਾਈ ਆ, ਇਹ ਉਹਨਾਂ ਨੂੰ ਦੱਸਣਾ ਚਾਹੀਦਾ ਕਿ BJP ਨੂੰ ਕਿਉਂ ਪਾਈ ਆ। ਗੋਪਾਲ ਸਿੰਘ ਖਹਿਰਾ ਸਾਨੂੰ ਵੀ ਕਿਤੇ ਨਾ ਕਿਤੇ ਸੰਗਰੂਰ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇਕੱਲੇ ਕਹਿਰੇ ਨਜ਼ਰ ਆਏ, ਕੋਈ ਖੜਿਆ ਨਹੀਂ ਨਾਲ। ਮੈਨੂੰ ਕਿਸੇ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਉਹਨਾਂ ਉਸ ਦਾ ਆਸ਼ੀਰਵਾਦ ਚਾਹੀਦਾ ਵਾ ਅਤੇ ਲੋਕਾਂ ਦਾ ਪਿਆਰ ਚਾਹੀਦਾ। ਮੈਂ ਆਪ ਮਨਾ ਕੀਤਾ ਵਾ, ਮੈਨੂੰ ਪਾਰਟੀ ਹਾਈਕਮਾਂਡ ਨੇ ਕਿਹਾ ਸੀਗਾ ਕਿ ਅਗਰ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਦਾ ਤੁਸੀਂ ਇਕੱਠ ਰੱਖਣਾ ਚਾਹੁੰਦੇ ਰੱਖ ਲਓ, ਪਰ ਮੈਂ ਜਦੋਂ ਗਰਾਊਂਡ ਰਿਐਲਿਟੀ ਦੇਖ ਰਿਹਾ, ਮੇਰੇ ਸਾਹਮਣੇ ਫਿਲਮ ਚੱਲ ਰਹੀ ਆ ਪਿਛਲੇ 50 ਦਿਨ ਦੀ, ਮੈਂ ਕਿਹਾ ਉਹਨਾਂ ਦਾ ਕਿਉਂ ਟਾਈਮ ਜ਼ਾਇਆ ਕਰਾਉਣਾ। ਆਪ ਹੀ ਨਹੀਂ ਬੁਲਾ ਰਿਹਾ ਜੀ, ਮੈਂ ਸਿਰਫ ਮੇਰੇ ਕੈਂਪੇਨ ਵਿੱਚ ਬਲਕੌਰ ਸਿੰਘ ਸਿੱਧੂ ਨੂੰ ਬੁਲਾਇਆ। ਮੈਂ ਸਾਰੀ ਗੱਲ ਤਾਂ ਖੇਰਾ ਕਰ ਰਿਹਾ ਵਾ, NSA ਦਾ ਠੋਕਵਾਂ ਜਿਹੜਾ ਵਿਰੋਧ ਜਿੰਨਾ ਮੈਂ ਕੀਤਾ ਸ਼ਾਇਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕੀਤਾ ਹੋਊਗਾ। ਉਮੀਦ ਹੈ ਮੰਤਰੀ ਆ, ਇਹਦੇ ਪੱਲੇ ਕੀ ਆ? ਨਥਿੰਗ। ਗੱਡੀ ਲੈ ਕੇ ਇਕੱਲਾ ਤੁਰਿਆ ਫਿਰਦਾ ਵਾ, ਕੋਈ ਕੰਮ ਕੀਤਾ? ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਅਫਸੋਸ ਕੀਤਾ, NSA ਦਾ ਵਿਰੋਧ ਕੀਤਾ, ਸ਼ੰਭੂ ਬਾਰਡਰ ਤੇ ਖਨੌਰੀ ਦੇ ਕਿਸਾਨਾਂ ਨੂੰ ਜਾ ਕੇ ਮਿਲੇ, ਸ਼ੁਭਕਰਨ ਦੇ ਘਰ ਕਦੇ ਗਏ ਨੇ, ਗੁਜਰਾ ਪਿੰਡ ਵਿੱਚ 25 ਬੰਦੇ ਗਰੀਬਾਂ ਦੇ, ਉੱਥੇ ਤੱਕ ਨਹੀਂ ਜਾ ਸਕੇ ਆਪਣੇ ਜ਼ਿਲ੍ਹੇ ਦੇ ਵਿੱਚ। ਹਟ ਕੇ ਗੈਰ ਪੰਜਾਬੀ ਵਾਲੇ ਮੁੱਦੇ 'ਤੇ ਬਾਕੀ ਨਾਲ ਆਪਣੀ ਰਾਏ ਰੱਖਤੀ ਕਿ ਅਸੀਂ ਐਂ ਸੋਚਦੇ ਹਾਂ, ਉਹਦੇ ਨਾਲ ਬਾਕੀਆਂ ਨੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਿਐਕਟ ਕਰ ਦਿੱਤਾ। ਇੱਥੋਂ ਵਾਲੇ ਜਿਹੜੇ ਪ੍ਰਤਾਪ ਸਿੰਘ ਬਾਜਵਾ LOP ਤੁਹਾਡੇ ਲੀਡਰ ਹੈ, ਉਹ ਕਹਿੰਦੇ ਕਿ ਖਹਿਰਾ ਦੀ ਨਿੱਜੀ ਰਾਏ ਹੋਏਗੀ, ਅਸੀਂ ਨਹੀਂ ਇਹਦੇ ਨਾਲ। ਅਤੇ ਮੇਰੀ ਪਾਰਟੀ ਹਾਈਕਮਾਂਡ ਨੇ ਜਿਹੜਾ ਅਸਲ ਉੱਤੋਂ ਉਹ ਬੜੇ ਖੁਸ਼ ਨੇ, ਯੂਲ ਬੀ ਸਰਪ੍ਰਾਈਜ਼ਡ ਕਿ ਯਾਰ ਇਹ ਤਾਂ ਆਪਣੇ ਪੰਜਾਬ ਕੇ ਲਈ ਇਤਨਾ ਬੜੀਆ ਸਟੈਂਡ ਲਿਆ ਹੈ। ਸਾਡੇ ਲੀਡਰਸ ਕਈ ਨਾ ਐਵੇਂ ਛੋਟੇ 10-20-50 ਕੋਲਾਂ ਤੋਂ ਡਰ ਜਾਂਦੇ, ਇੱਦਾਂ ਡਰਨਾ ਨਹੀਂ ਚਾਹੀਦਾ। CM ਸਾਹਿਬ ਦਾ ਵੀ ਬਿਆਨ ਆਇਆ ਸੀ, ਉਹ ਵੀ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਕਿ ਜਿਹੜੇ ਸਾਡੇ ਵਾਲੇ ਇੱਧਰ ਨੂੰ ਜਾਂਦੇ ਆ ਬਾਹਰਲੇ ਮੁਲਕਾਂ ਨੂੰ, ਉਹਦੇ ਬਾਰੇ ਕੀ? ਇਸ ਮੂਰਖ ਨੂੰ ਪੁੱਛੋ ਕਿ ਕੈਨੇਡਾ ਤੁਸੀਂ ਵਿਦਆਊਟ ਸ਼ਰਤਾਂ ਚਲ ਜਾਂਦੇ। ਲੋਕ ਸਭਾ ਹਲਕਾ ਸੰਗਰੂਰ ਚੋਣ ਦਿਲਚਸਪ ਹੋ ਗਈ ਅਖੀਰਲੇ ਦਿਨਾਂ ਦੇ ਵਿੱਚ। ਪਹਿਲਾਂ ਸਮੀਕਰਨ ਕੁਝ ਹੋਰ ਅਤੇ ਹੁਣ ਕੁਝ ਹੋਰ ਹੋ ਗਏ ਨੇ। ਕਾਂਗਰਸ ਦੇ ਉਮੀਦਵਾਰ ਅਤੇ ਹਲਕਾ ਭਲਾਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਿਹਨਾਂ ਨੂੰ ਹਾਈਕਮਾਂਡ ਨੇ ਇੱਥੇ ਕਿਹਾ, ਟਿਕਟ ਦੀ ਮੰਗ ਤੱਕ ਵੀ ਨਹੀਂ ਕੀਤੀ ਗਈ ਸੀ, ਪਰ ਚੋਣ ਪ੍ਰਚਾਰ ਕਰਦਿਆਂ ਕਰਦਿਆਂ ਸੰਗਰੂਰ ਨੂੰ ਕਿੰਨਾ ਸਮਝਿਆ ਇਹ ਵੀ ਗੱਲ ਕਰਾਂਗੇ, ਅਤੇ ਸਾਹਮਣੇ ਜਿਹੜੇ ਚੈਲੰਜ ਨਜ਼ਰ ਆ ਰਹੇ ਆ ਉਹਨਾਂ ਨੂੰ ਕਿਵੇਂ ਪਾਰ ਕਰਨ ਦੀ ਵਿਉਂਤ ਬਣਾਈ ਹੈ, ਸਭ ਗੱਲਾਂ ਕਰਾਂਗੇ। ਖਹਿਰਾ ਸਾਹਿਬ, ਤੁਸੀਂ ਪਹਿਲਾਂ ਆਪਣੇ ਉਸ ਇਲਾਕੇ ਦੇ ਵਿੱਚ ਭਲੱਥ ਦੇ ਵਿੱਚ ਤਾਂ ਵੱਡੇ ਵੱਡੇ ਥੰਮ ਸੀ, ਸਿਆਸਤਦਾਨ ਸੀ, ਟੱਕਰ ਦਿੰਦੇ ਆਏ ਹੋ, ਔਰ ਜਿਵੇਂ ਵੀ ਚੈਲੰਜ ਹੁੰਦੇ ਸੀ, ਪਰ ਸੰਗਰੂਰ ਦੇ ਵਿੱਚ ਆ ਕੇ ਜਿਹੜੀ ਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਸਾਡੀ ਰਾਜਧਾਨੀ ਹੈ, ਇਹਨੂੰ ਹਿਲਾਉਣਾ ਸੌਖਾ ਨਹੀਂ, ਤੁਹਾਨੂੰ ਕਿੰਨਾ ਔਖਾ ਜਾਂ ਸੌਖਾ ਲੱਗਦਾ? ਸੰਗਰੂਰ 'ਚ ਆਮ ਆਦਮੀ ਪਾਰਟੀ ਦੀ ਲੜਾਈ 'ਚ ਹੀ ਨਹੀਂ ਹੈਗੀ ਜੀ, ਦੇ ਆਰ ਆਊਟ ਐਂਡ ਡਾਊਨ। ਇਹਨਾਂ ਦਾ ਪਿੰਡਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਗ੍ਰਾਫ ਡਿੱਗਿਆ ਵਾ, ਜਿੱਦਾਂ ਮਿਸਾਲ ਦੇ ਤੌਰ 'ਤੇ ਇਹਨਾਂ ਨੇ ਗੋਲਡ ਹੀ ਲਿਆ, ਇਹਨਾਂ ਦੇ ਜਿੰਨੇ ਵਰਕਰ ਸੀ ਧੂਰੀ ਦੇ ਉਹ ਘਰ ਬਹਿ ਗਏ,
ਕਹਿੰਦੇ ਇਹ ਤੋਂ ਕੰਮ ਕਰਾ ਲਓ, ਬਿਕੋਜ਼ ਇੰਨੀ ਲੜਾਈ ਹੁੰਦੀ ਆ ਆਪਸ ਪੋਲਿੰਗ ਸਟੇਸ਼ਨਾਂ ਦੇ ਉੱਤੇ, ਗਾਲੀ ਗਲੋਚ, ਪਰਚੋ ਪਰਚੀ। ਹੁਣ ਤੁਸੀਂ ਉਹਨਾਂ ਦੇ ਉੱਤੇ ਉਹੀ ਬੰਦਾ ਲਿਆ ਦਿਓ ਜਿਹਦੇ ਨਾਲ ਲੜਦੇ ਰਹੇ ਉਹ 10 ਸਾਲ, 14 ਤੋਂ ਲੈ ਕੇ ਤਾਂ ਪਾਰਟੀ ਚੱਲ ਹੀ ਰਹੀ ਨਾ। ਦੇਅਰਫੋਰ ਇਸ ਤਰ੍ਹਾਂ ਦੀਆਂ ਬੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ। ਚਲੋ ਇਹ ਤਾਂ ਟੈਕਟੀਕਲ ਮਿਸਟੇਕ ਸੀਗੀ, ਇਸ ਤੋਂ ਇਲਾਵਾ ਜਿਹੜੀ ਹੈਗੀ ਆ ਜੋ ਪੰਜਾਬ ਦਾ ਹਸ਼ਰ ਕੀਤਾ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਨਾ ਮਜ਼ਾਕ ਉਡਾਇਆ ਵਾ। ਮਤਲਬ ਇਹ ਟਿੱਚਰਾਂ ਕਰਦੇ, ਕੱਲ੍ਹ ਦੇਖੋ ਬਲਕਾਰ ਸਿੰਘ ਮਿਨਿਸਟਰ ਦੀ ਇੱਕ ਐਡੀ ਅਸ਼ਲੀਲ ਵੀਡੀਓ, ਪਰ ਇਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਗਾ। ਮੈਂ ਕਟਾਰੂ ਚੱਕ ਦਾ ਕਿੱਡਾ ਇਫੈਕਟਿਵ ਇੱਕ ਦਿੱਤਾ ਐਵੀਡੈਂਸ, ਔਰ ਗਵਰਨਰ ਲਿਖ ਰਿਹਾ ਵਾ ਚੀਫ ਮਿਨਿਸਟਰ ਨੂੰ, ਰਾਜਪਾਲ, ਕਿ ਕਟਾਰੂ ਚੱਕ ਨੂੰ ਤੁਰੰਤ ਬਰਖਾਸਤ ਕਰੋ, ਪਰ ਇਹ ਕਹਿੰਦੇ ਨਹੀਂ ਕਰਾਂਗੇ ਜੀ। ਮਤਲਬ ਇਹਨਾਂ ਦੇ ਢੀਠ ਪੁਣੇ ਦੀ ਹੱਦਾਂ ਤੋੜ ਦਿੱਤੀਆਂ। ਇੱਦਾਂ ਦਾ ਤਾਂ ਦੇਸ਼ ਵਿੱਚ ਕਿਸੇ ਨੇ ਆਈ ਵੁੱਡ ਸੇ ਲੋਐਸਟ ਲੈਵਲ ਆਫ ਪੋਲੀਟਿਕਸ, ਅਨਐਥੀਕਲ, ਇਮੋਰਲ, ਬਿਲਕੁਲ ਗੈਰ ਅਖਲਾਕੀ, ਗਿਰੇ ਹੋਏ ਲੋਕਾਂ ਦਾ, ਤਾਂ ਕਰਕੇ ਇਹਨਾਂ ਦਾ ਕੇਡਰੀ ਛੱਡ ਗਿਆ ਇਹਨਾਂ ਨੂੰ ਸਾਰਾ। ਤੁਸੀਂ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਉਹਨਾਂ ਵੇਲਿਆਂ ਦੀ ਗੱਲ ਕੀਤੀ ਕਿ ਕਿਵੇਂ ਲੜਾਈ ਲੜੀਗੀ, ਐਵੀਡੈਂਸ ਤੱਕ ਦਿੱਤੇ ਗਏ ਪਰ ਗੱਲ ਨਹੀਂ ਬਣੀ, ਮੁੰਡੇ 'ਤੇ ਉਲਟਾ ਦਬਾਅ ਪਿਆ ਅਤੇ ਉਹ ਸਾਰਾ ਕੁਛ ਵਾਪਸ। ਅਤੇ ਉਸ ਤੋਂ ਬਾਅਦ ਜਿਹੜਾ ਇਹ ਐਪੀਸੋਡ ਆਉਂਦਾ ਬਲਕਾਰ ਸਿੰਘ ਵਾਲਾ, ਉਹਦਾ ਜਵਾਬ ਵੀ ਤੁਸੀਂ ਸੁਣ ਲਿਆ ਹੋਣਾ ਮੰਤਰੀ ਸਾਹਿਬ ਦਾ। ਕੀ ਕਹਿੰਦੇ ਨੇ ਮੈਨੂੰ ਤਾਂ ਪਤਾ ਨਹੀਂ ਲੱਗਿਆ। ਉਹ ਕਹਿੰਦੇ ਕਿ ਮੇਰੇ 'ਤੇ ਧਿਆਨ 'ਚ ਹੀ ਨਹੀਂ ਹੈ ਅਤੇ ਇੱਕ ਮੀਡੀਆ ਦੇ ਨਾਲ ਤੁਰਦੇ ਆ ਰਹੇ ਆ। ਉਹ ਹੱਸ ਕੇ ਜਵਾਬ ਦੇ, ਉਹੀ ਮੈਂ ਕਹਿੰਦਾ ਹੱਦ ਹੋ ਗਈ। ਔਰ ਇਹ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ, ਆਪਣੇ ਵੱਲੋਂ ਬੜੇ ਛਾਤਰ ਬਣਦੇ ਨੇ, ਢੀਠ ਬਣਦੇ ਨੇ ਕਿ ਗੱਲ ਹੀ ਕੋਈ ਨਹੀਂ, ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਦਾ ਗ੍ਰਾਫ ਪੰਜਾਬ 'ਚੋਂ ਉੱਡ ਗਿਆ ਵਾ। ਕੋਈ ਐਵੇਂ ਇੱਕ ਅੱਧੀ ਸੀਟ ਪਾਵਾਂ, ਕੋਈ ਤੁੱਕੇ ਨਾਲ ਜਿੱਤ ਜਾਣ। ਮੇਰੀ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ, ਇਹ ਆਪਣੇ ਪੰਜਾਬ ਦੇ ਲੋਕ ਨਹੀਂ, ਇਹ ਕੇਜਰੀਵਾਲ ਦੀ ਬੱਚੇ ਆ, ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਉਹ ਬੰਦ ਜਿਹੜਾ ਕੇਜਰੀਵਾਲ ਆ ਉਹ ਮਹਾਂ ਹੁਸ਼ਿਆਰ ਬੰਦਾ ਵਾ, ਔਰ ਉਹ ਜਿਹੜਾ ਆਦਮੀ ਆ ਉਸਨੇ ਪੰਜਾਬ ਨੂੰ ਇੱਕ ਮਤਲਬ ਬਾਹਰੋਂ ਬੈਠ ਕੇ ਚਲਾ ਰਿਹਾ। ਜਿਹੜਾ ਗੈਰ ਪੰਜਾਬੀ ਵਾਲਾ ਬਿੱਲ ਮੈਂ ਕਹਿ ਰਿਹਾ, ਉਹ ਕੇਜਰੀਵਾਲ ਨਹੀਂ ਪਾਸ ਹੋਣ ਦੇ ਰਿਹਾ, ਕਿਉਂਕਿ ਉਹਨੂੰ ਲੱਗਦਾ ਕਿ ਗੈਰ ਪੰਜਾਬੀ ਜ਼ਿਆਦਾ ਆ ਜਾਣ ਪੰਜਾਬ 'ਚ, ਸਿੱਖਾਂ ਦੀ, ਪੰਜਾਬੀਆਂ ਦੀ ਜਿੰਨੀ ਆਬਾਦੀ ਵਿਦੇਸ਼ਾਂ ਵਿੱਚ ਜਾ ਰਹੀ ਘੱਟ ਜੇ, ਤਾਂ ਕਿ ਮੇਰੇ ਵਾਸਤੇ ਹੋਰ ਇਹਨਾਂ 'ਤੇ ਰਾਜ ਕਰਨਾ, ਇਹਨਾਂ ਨੂੰ ਮਤਲਬ ਟੋਰਚਰ ਕਰਨਾ ਮੇਰੇ ਲਈ ਈਜ਼ੀ ਹੋ ਜੇ। ਉਹਦਾ ਪੰਜਾਬ ਨਾਲ ਕੋਈ ਪਿਆਰ ਨਹੀਂ। ਤੁਸੀਂ ਦੱਸੋ ਰਾਘਵ ਚੱਡੇ ਦਾ ਕੀ ਪੰਜਾਬ ਨਾਲ ਪਿਆਰ ਹੈ, ਕਿੱਥੇ ਖੜੇ ਨੇ ਸੰਦੀਪ? ਉਹ ਤਾਂ ਕਹਿੰਦੇ ਰਹੇ ਮੇਰੇ ਨਾਨਕੇ ਵੀ ਜਲੰਧਰ ਦੇ। ਇਹ ਸਾਰੀਆਂ ਗੱਲਾਂ ਨਾ ਜੀ ਐਵੇਂ ਹੁੰਦੀਆਂ। ਸੰਦੀਪ ਪਾਠਕ, ਰਾਘਵ ਚੱਡਾ ਪਹਿਲਾਂ ਗੱਲ ਤਾਂ 6-8 ਮਹੀਨੇ ਲੁਕਿਆ ਰਿਹਾ ਲੰਡਨ 'ਚ ਡਰਦਾ, ਹੁਣ ਇਹ ਬੀਜੇਪੀ ਨਾਲ ਸਾਰੀ ਸੈਟਿੰਗ ਕਰਕੇ ਵਾਪਸ ਆਇਆ ਵਾ। ਜੇ ਕਹਿੰਦਾ ਅੱਖਾਂ ਦਾ ਓਪਰੇਸ਼ਨ ਕਰਾਉਣਾ, ਕੀ ਗੱਲ ਤੁਹਾਡੀ ਕਲੀਨਿਕਾਂ ਫੇਲ ਹੋ ਗਈਆਂ ਸਾਰੀਆਂ ਦਿੱਲੀ ਅਤੇ ਪੰਜਾਬ ਦੇ ਵਿੱਚ? ਉਹਦਾ ਤੁਸੀਂ ਕਹੀ ਜਾਂਦੇ ਬੜਾ ਹੈਲਥ ਮਾਡਲ ਹੈ ਸਾਡਾ। ਇਹਨਾਂ ਨੇ ਜੋ ਕਰਜ਼ਾ ਚੜਾਇਆ ਸਾਡੇ 'ਤੇ 70,000 ਕਰੋੜ ਦਾ, ਔਰ ਜੋ ਇਹਨਾਂ ਨੇ ਇਸ ਵਕਤ ਉਹ ਲੱਗਿਆ ਕਿਤੇ ਨਹੀਂ ਗਾ। ਮੈਂ ਸਾਰੇ ਹੁਣ ਆਲਮੋਸਟ 400 ਪਿੰਡ ਘੁੰਮ ਲਿਆ ਹੋਣਾ ਸੰਗਰੂਰ ਦਾ, ਲੱਗਿਆ ਹੀ ਨਹੀਂ ਕਿਤੇ। ਮੈਡੀਕਲ ਕਾਲਜਾਂ ਦੀ ਨੀਂਹ ਪੱਥਰ ਖੜ੍ਹੇ ਨੇ, ਉੱਦਾਂ ਹੀ ਪਿੰਡਾਂ ਦੇ ਵਿੱਚ, ਸਗੋਂ ਪਿੰਡਾਂ 'ਚ ਇਹਨਾਂ ਦੇ ਬੰਦਿਆਂ ਨੇ ਓਬਸਟ੍ਰਕਸ਼ਨ ਪਾਈਆਂ, ਬਣੇ ਹੋਏ ਕੰਮ ਬੰਦ ਕੀਤੇ ਨੇ, ਬਣੇ ਹੋਏ ਨਿਕਾਸੀ ਨਾਲੇ JCB ਲਿਆ ਕੇ ਤੋੜੇ ਨੇ। ਇੱਕ ਪਿੰਡ 'ਚ ਮੈਂ ਗਿਆ ਸੀਗਾ, ਸ਼ਾਇਦ ਰੜਬੇ ਦਾ ਪਿੰਡ ਸੀਗਾ। ਸੋ ਲਾਈਕਵਾਈਜ਼ ਇਹਨਾਂ ਦਾ ਸਾਰਾ ਜਿਹੜਾ ਪਬਲਿਸਿਟੀ ਦੀ ਖੇਡ ਸੀ। ਤੁਸੀਂ ਕਿਹਾ ਕਿ ਇਹਨਾਂ ਨੇ ਪਬਲਿਸਿਟੀ ਦੀ ਖੇਡ ਤਾਂ ਖੇਡੀ ਪਰ ਕੰਮ ਨਹੀਂ ਜ਼ਮੀਨੀ ਪੱਧਰ 'ਤੇ ਕੀਤਾ। ਉਹ ਪ੍ਰਚਾਰ ਦੇ ਦੌਰਾਨ ਕੇਜਰੀਵਾਲ ਵੀ, ਮੁੱਖ ਮੰਤਰੀ ਭਗਵੰਤ ਮਾਨ ਵੀ, ਉਹ ਇਹ ਕਹਿ ਰਿਹਾ ਕਿ ਜ਼ੁਲਮ ਦਾ ਜਵਾਬ ਵੋਟ ਨਾਲ ਦੇਣਾ ਪੰਜਾਬੀਓ, ਜ਼ੁਲਮ ਬਹੁਤ ਕੀਤਾ ਭਾਜਪਾ ਨੇ। ਪੰਜਾਬ ਦੇ ਵਿੱਚ ਕੇਜਰੀਵਾਲ ਦੀ 0 ਸਿੰਪਥੀ ਆ। ਉਹਦਾ ਕਾਰਨ ਸੁਣੋ ਕੀ ਆ। ਇਹ ਕੇਜਰੀਵਾਲ ਹੁਣੀ ਕਹਿੰਦੇ ਕਿ ਜੀ ਸਾਡੇ 'ਤੇ ED ਔਰ CBI ਨੇ ਧੱਕਾ ਕੀਤਾ, ਪਰ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਔਰ ਮਨੀਸ਼ ਸਿਸੋਡੀਆ ਦੀਆਂ ਜ਼ਮਾਨਤਾਂ ਹਾਈਐਸਟ ਕੋਰਟ ਨੇ ਰਿਜੈਕਟ ਕਰ ਦੀਆਂ 1.5 ਸਾਲ ਦੇ ਅੰਦਰ ਨੇ। ਕੋਰਟ ਕਹਿ ਰਿਹਾ ਕਿ ਤੁਹਾਡੇ ਖਿਲਾਫ਼ ਤਾਂ ਬਹੁਤ ਐਵੀਡੈਂਸ ਆ, ਵੀ ਕੈਨੋਟ ਗਿਵ ਯੂ ਬੇਲ। ਮਤਲਬ ਇਹ ਹੁਣ ਸੁਪਰੀਮ ਕੋਰਟ ਦੇ ਉੱਤੋਂ ਦੀ ਨੇ,
ਜਿਹੜਾ ਜ਼ੁਲਮ ਤੇ ਵੋਟ ਇਹ ਦੂਜਾ ਕੇਜਰੀਵਾਲ ਇੰਟਰਿਮ ਬਿਲ ਤੇ ਆ ਹੁਣ ਕੱਲ ਦੀ ਇਹਨੇ ਫਿਰ ਅਰਜ਼ੀ ਪਾਈ ਕਿ 7 ਦਿਨ ਮੈਨੂੰ ਕਿਰਪਾ ਕਰਕੇ ਹੋਰ ਦੇ ਦਿਓ ਅਦਰਵਾਈਜ਼ ਹੀ ਹੈਵ ਟੂ ਗੋ ਟੂ ਬੈਕ ਟੂ ਜੇਲ ਔਰ ਇਹਦੀ ਜਿਹੜੀ ਬੇਲ ਸੋਰੀ ਇਹਦੀ ਜਿਹੜੀ ਪਟੀਸ਼ਨ ਸੀ ਕਿ ਮੈਂ ਮੇਰੀ ਅਰੈਸਟ ਗੈਰ ਕਾਨੂੰਨੀ ਆ ਉਹ ਵੀ ਰਿਜੈਕਟ ਕਰਤੀ ਹਾਈ ਕੋਰਟ ਨੇ ਉਹਨਾਂ ਨੇ ਕਿਹਾ ਤੇਰੀ ਅਰੈਸਟ ਠੀਕ ਆ ਮੇਨ ਬੰਦਾ ਹੀ ਤੂੰ ਆ ਸੋ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਕ ਤਾਂ ਇਹ ਕਰਪਟ ਨੇ ਇੱਕ ਇਹ VIP ਕਲਚਰ ਦੱਬ ਕੇ ਇਹਨਾਂ ਠੋਕ ਕੇ ਵਰਤਿਆ ਔਰ ਇੱਕ ਦੂਜਾ ਕਿ ਜਦੋਂ NSA ਲਾ ਕੇ ਸਾਡੇ ਨੌਜਵਾਨਾਂ ਨੂੰ ਭੇਜਿਆ ਨਾ ਦਿਬਰੂਗੜ੍ਹ ਉਸੇ ਵੇਲੇ ਪੰਜਾਬ ਦੇ ਸਿੱਖਾਂ ਨੂੰ ਸਮਝ ਆ ਗਈ ਕਿ ਇਹ ਤਾਂ ਅਮਿਤ ਸ਼ਾਹ ਦੇ ਕਹਿਣ 'ਤੇ ਹੋ ਰਿਹਾ ਵਾ ਕਿਉਂਕਿ ਇਹ NSA ਹੁਕਮ BJP ਨੇ ਉੱਤੋਂ ਭੇਜਿਆ ਲਾਈ ਭਗਵੰਤ ਮਾਨ ਨੇ ਹੁਣ ਇੱਕ ਦਿਨ ਮੀਤ ਹੇਅਰ ਕਹਿ ਰਿਹਾ ਸੀਗਾ ਇਹ ਤਾਂ ਸੈਂਟਰ ਨੇ ਲਾਈ ਦੇਖੋ ਕਿੱਡਾ ਬੇਵਕੂਫ ਬਣਾ ਰਹੇ ਨੇ ਦੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਆ ਉਹ ਪੰਜਾਬ ਦੇ ਵਿੱਚ ਡਿਟੈਂਸ਼ਨ ਆਰਡਰਸ ਹੋਮ ਡਿਪਾਰਟਮੈਂਟ ਦੇ ਨੇ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਆ ਯਾਰ ਚਿੱਟੇ ਦਿਨ ਝੂਠ ਬੋਲੀ ਜਾਂਦੇ ਨੇ ਔਰ ਅਗਲੀ ਗੱਲ ਜਦੋਂ ਸਿੱਧੂ ਮੂਸੇਵਾਲੇ ਦੇ ਇਹਨਾਂ ਨੇ ਬਹੁਤ ਨਿਫਾਰੀਅਸ ਰੋਲ ਹੈ ਇਹਨਾਂ ਦਾ ਉਸ ਪਹਿਲਾਂ ਸਿਕਿਉਰਿਟੀ ਘਟਾ ਕੇ ਜਾਣ ਬੁੱਝ ਕੇ ਸ਼ੇਅਰ ਕੀਤੀ 24 ਘੰਟਿਆਂ 'ਚ ਮਾਰਤਾ ਹੁਣ 2 ਸਾਲ ਦੇ ਉਹਨਾਂ ਦੇ ਚਲਾਨ ਨਹੀਂ ਪੇਸ਼ ਹੋ ਰਹੇ ਲਾਰੈਂਸ ਬਿਸ਼ਨੋਈ ਹੀ ਇੰਟਰਵਿਊਆਂ ਦੇ ਰਹੇ ਨੇ ਔਰ ਜਿਹੜਾ ਇਹਦਾ ਇੱਕ ਜੀਵਨ ਜੋਤ ਮਾਨਸਾ ਦਾ ਮੈਂ ਵੀਡੀਓ ਵੀ ਸ਼ੋਅ ਕਰਤੀ ਮੀਤ ਹੇਅਰ ਉਹਨੂੰ ਆਪਣੀ ਕੈਂਪੇਨ 'ਚ ਲੈ ਕੇ ਜਾ ਰਿਹਾ ਉਹ ਵਨ ਆਫ ਦੀ ਅਕਿਊਜ਼ਡ ਆ ਚਾਰਜਸ਼ੀਟ ਵਿੱਚ ਮੀਤ ਹੇਅਰ ਨੇ ਜਵਾਬ ਜਿਹੜਾ ਦਿੱਤਾ ਤੁਹਾਨੂੰ ਪਤਾ ਹੁਣ ਯਾਰ ਵੀ ਤੁਸੀਂ ਪੁੱਛ ਲਿਆ ਸੀਗਾ ਉਹ ਜਿੰਨਾ ਮਰਜ਼ੀ ਜਵਾਬ ਦੇਈ ਜਾਣ ਇਹ ਬਲਕੌਰ ਸਿੰਘ ਦੇ ਪਰਿਵਾਰ ਨੂੰ ਇਹਨਾਂ ਨੇ ਕਨਵੇ ਕੀਤਾ ਵਾ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਨਾਲ ਇਹ ਪੰਜਾਬ ਦੇ ਲੋਕ ਸਮਝ ਗਏ ਤੁਸੀਂ ਇੰਨੇ ਇਹ ਮੁੱਦਿਆਂ ਦੇ ਉੱਤੇ ਜੇਕਰ ਵਿਭਾਗੀ ਨਾਲ ਆਪਣੀ ਗੱਲ ਰੱਖਦੇ ਆਏ ਹੋ ਪੰਜਾਬ ਦੇ ਲੋਕਾਂ 'ਚ ਕਿਤੇ ਮੁੱਦਾ ਹੁੰਦਾ ਸੀ ਪਹੁੰਚ ਜਾਂਦੇ ਸੀ ਪਰ ਇਸ ਸੀਟ ਦੇ ਉੱਤੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਆਉਣ ਨਾਲ ਮੀਤ ਹੇਅਰ ਕਹਿੰਦੇ ਅੰਦਰੋਂ ਬਾਗੋ ਬਾਗ ਨੇ ਕਿ ਇਹਨਾਂ ਦਾ ਵੋਟ ਬੈਂਕ ਤੇ ਆਪਸ 'ਚ ਹੀ ਵੰਡਿਆ ਜਾਣਾ ਮੈਨੂੰ ਫਾਇਦਾ ਹੋਣਾ ਉਹਦੀ ਕੈਲਕੂਲੇਸ਼ਨ ਬਿਲਕੁਲ 0 ਆ ਜੀ ਮੈਂ ਤੁਹਾਨੂੰ ਕਹਿ ਰਿਹਾ ਪਲੀਜ਼ ਗੋ ਰੈਂਡਮਲੀ ਚੈੱਕ ਕਰੋ ਪਿਛਲੇ 10 ਦਿਨ ਤੋਂ ਝਾੜੂ ਆਊਟ ਆਫ ਫਾਈਟ ਹੋ ਗਿਆ ਔਰ ਸਿਮਰਨਜੀਤ ਸਿੰਘ ਮਾਨ ਸਾਡੇ ਆਦਰਨੀਏ ਨੇ ਬਟ ਉਹਨਾਂ ਦਾ ਵੀ ਏਜ ਫੈਕਟਰ ਔਰ ਇੱਕ ਉਹਨਾਂ ਦੇ ਉੱਤੇ ਜਿਹੜਾ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ BJP ਨੂੰ ਪਾਈ ਆ ਇਹ ਉਹਨਾਂ ਨੂੰ ਦੱਸਣਾ ਚਾਹੀਦਾ ਕਿ BJP ਨੂੰ ਕਿਉਂ ਪਾਈ ਆ ਕਿਉਂਕਿ ਅੱਜ ਦੀ ਡੇਟ ਵਿੱਚ ਅਗਰ ਕਾਂਗਰਸ ਨੇ ਪਹਿਲਾਂ ਕੁਝ ਅਨਿਆਏ ਕੀਤਾ ਪੰਜਾਬ ਨਾਲ ਤੇ BJP ਨੇ ਵੀ ਘੱਟ ਨਹੀਂ ਕੀਤਾ ਜਵਾਬ ਦੇ ਚੁੱਕਿਆ ਕਹਿੰਦੇ ਆਦੀਵਾਸੀ ਔਰਤ ਸੀ ਇਸ ਕਰਕੇ ਮੈਂ ਨੂੰ ਜੇ ਗੱਠਜੋੜ ਬਣ ਗਿਆ ਤੇ NDA ਦੀ ਬਣੀ ਗਵਰਨਮੈਂਟ ਫਿਰ ਕਹਿਣਗੇ ਪ੍ਰਾਈਮ ਮਿਨਿਸਟਰ ਇੱਕ OBC ਹੈ ਸੋ ਇਹ ਸਾਰੇ ਬਹਾਨੇਬਾਜ਼ੀ ਹੁੰਦੀ ਆ ਵੀ ਕੈਨੋਟ ਅਫੋਰਡ ਇੱਕ ਸੀਟ ਵੀ ਅਸੀਂ BJP ਨੂੰ ਜਿੱਤਣ ਨਹੀਂ ਦੇ ਸਕਦੇ ਇੰਡੀਆ ਵਿੱਚ ਕਿਉਂਕਿ ਐਡਾ ਵੱਡਾ ਕਾਂਡ ਮਾਈਨੋਰਿਟੀਜ਼ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਆਦੀਵਾਸੀਆਂ ਦਾ ਔਰ ਇਸਾਈਆਂ ਦਾ ਐਡਾ ਵੱਡਾ ਕਾਂਡ ਹੋਣਾ ਅਲਟੀਮੇਟਲੀ ਇਹ ਦੇਸ਼ ਅਲਟੀਮੇਟਲੀ ਜਿਵੇਂ ਇਹਨਾਂ ਨੇ ਬਣਾਇਆ ਨਾ ਇੱਕ ਦੇਸ਼ ਇੱਕ ਟੈਕਸ GST ਉਹ ਬੇੜਾ ਗਰ ਕੀਤਾ ਇਹਨੇ ਸਾਡੇ ਅਧਿਕਾਰ ਫਾਈਨੈਂਸ਼ੀਅਲ ਖੋਲ੍ਹੇ ਸਟੇਟਾਂ ਦੇ ਹੁਣ ਕਹਿੰਦੇ ਨੇ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ ਯੂਨੀਫਾਰਮ ਸਿਵਲ ਕੋਡ ਉੱਤਰਾਖੰਡ 'ਚ ਲਾਗੂ ਕਰਤਾ ਫਿਰ ਕਹਿਣਗੇ ਇੱਕ ਦੇਸ਼ ਇੱਕ ਭਾਸ਼ਾ ਅਲਟੀਮੇਟਲੀ ਕਹਿਣਗੇ ਇੱਕ ਦੇਸ਼ ਇੱਕ ਧਰਮ ਸੋ ਅਸੀਂ ਕਿੱਥੇ ਜਾਵਾਂਗੇ ਮਾਨ ਸਾਹਿਬ ਜਦੋਂ ਜਾਂਦੇ ਆ ਸੰਗਰੂਰ 'ਚ ਪੰਜਾਬ ਦੇ ਲੋਕਾਂ ਨਾਲ ਇਹੀ ਗੱਲਾਂ ਕਰਦੇ ਉਹਨਾਂ ਨੂੰ ਸਮਝ ਆਉਂਦੀਆਂ ਸੀ ਬਿਲਕੁਲ ਸਮਝ ਆਉਂਦੀਆਂ ਨੇ A to Z ਕਿਉਂਕਿ BJP RSS ਦੇ ਬੰਦੇ ਆਫੀਸ਼ੀਅਲ MPs ਵਗੈਰਾ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਸ਼ਰਿਆਮ ਕਰਦੇ ਨੇ ਅਤੇ ਸਾਡੇ ਕਿਸਾਨ ਜੇ ਦਿੱਲੀ ਵੱਲ ਨੂੰ ਮਾੜਾ ਜਿਹਾ ਮੂੰਹ ਕਰਨ ਉਹਨਾਂ ਨੂੰ ਕੁੱਟਦੇ ਨੇ ਗੋਲੀਆਂ ਮਾਰਦੇ ਨੇ ਔਰ ਉਹਨਾਂ ਨੂੰ ਆਤੰਕਵਾਦੀ ਅਤੇ ਖਾਲਿਸਤਾਨੀ ਕਹਿੰਦੇ ਨੇ ਉਹ ਤਾਂ MSP ਮੰਗਣ ਜਾ ਰਹੇ ਨੇ ਪਰ ਜਿਹੜੇ ਆ ਹਿੰਦੂ RSS ਦੇ ਲੀਡਰਸ ਉਹ ਬੜਾ ਕੈਮਰਿਆਂ ਦੇ ਬਲੇਟੈਂਟਲੀ ਕਹਿੰਦੇ ਨੇ ਸੋ 2 ਕਾਨੂੰਨ ਹੋ ਗਏ ਭਾਰਤ ਵਿੱਚ ਇੱਕ ਸਿੱਖਾਂ ਲਈ ਮਿਨੋਰਿਟੀਜ਼ ਲਈ ਘੱਟ ਗਿਣਤੀਆਂ ਲਈ ਇੱਕ RSS ਅਤੇ BJP ਦੇ ਲੋਕ ਜਿਹੜੇ ਸ਼ਰਿਆਮ ਪ੍ਰੋਪੀਗੇਟ ਕਰਦੇ ਸੋ ਆਪਣਾ ਦੇਸ਼ ਐਕਚੁਲੀ ਕੀ ਆ ਇੱਕ ਥਿਓਕ੍ਰੈਟਿਕ ਸਟੇਟ ਹੈਗਾ ਜਿੱਦਾਂ ਪਾਕਿਸਤਾਨ ਇਸਲਾਮਿਕ ਸਟੇਟ ਆ ਜਿਵੇਂ ਇੰਡੋਨੇਸ਼ੀਆ ਹੈ ਜਿਵੇਂ ਹੁਣ ਇਜ਼ਰਾਈਲ ਨੇ ਬੇਤਹਾਸ਼ਾ ਜ਼ੁਲਮ ਢਾਇਆ ਫਲਸਤੀਨੀਆਂ ਦੇ ਉੱਤੇ ਜੂਸ ਨੇ ਇਹ ਆਪਾਂ ਉੱਧਰ ਨੂੰ ਮੂਵ ਕਰ ਰਹੇ ਹਾਂ
ਇਸ ਕਰਕੇ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਪੂਰੀ ਇਲਮ ਹੈ। ਔਰ ਅਗਰ ਕੋਈ ਵੀ ਆਦਮੀ ਬੀਜੇਪੀ ਦਾ ਸਾਥੀ ਆ ਉਹ ਬਹੁਤ ਨਫ਼ਰਤ ਕਰ ਰਹੇ ਨੇ, ਤਾਂ ਹੀ ਉਹ ਤੁਸੀਂ ਦੇਖੋਗੇ ਸੁਖਬੀਰ ਬਾਦਲ ਦੀ ਵੋਟ ਹੀ ਘੱਟ ਗਈ ਹੈ, ਕਿਉਂਕਿ ਲੋਕਾਂ ਨੂੰ ਪਤਾ ਕਿ ਜਿਹੜੀ ਸੁਖਬੀਰ ਨੂੰ ਵੋਟ ਪਾਵਾਂਗੇ ਉਹ ਜਾਣੀਦਾ ਬੀਜੇਪੀ ਦੇ ਖੇਮੇ 'ਚ ਆ। ਇਸ ਕਰਕੇ ਲੋਕ ਬਹੁਤ ਇੰਟੈਲੀਜੈਂਟਲੀ ਵੋਟ, ਔਰ ਸੰਗਰੂਰ ਦਾ ਵੋਟਰ ਤਾਂ ਬਹੁਤ ਜ਼ਿਆਦਾ ਸ਼ੁਰੂ ਤੋਂ ਇੰਟੈਲੀਜੈਂਟ ਵੋਟਰ। ਸੰਗਰੂਰ ਦੇ ਵੋਟਰਾਂ ਦੀ ਖਾਸੀਅਤ ਇਹ ਵੀ ਹੈ ਕਹਿੰਦੇ ਕਿ ਬਦਲ ਬਦਲ ਕੇ ਫੈਸਲੇ ਲੈ ਲੈਂਦੇ ਆ, ਬਾਹਲੀ ਦੇਰ ਉਡੀਕਦੇ ਨਹੀਂ, ਸਰਕਾਰ ਬਣੀ ਅਤੇ ਜ਼ਿਮਨੀ ਚੋਣ ਵਿੱਚ ਵੀ ਹੋਰ ਹੀ ਫਤਵਾ ਦੇ ਦਿੱਤਾ। ਤਾਂ ਮੈਂ ਕਿਹਾ ਇੰਟੈਲੀਜੈਂਟ ਵੋਟਰ ਉਹਨਾਂ ਨੇ ਇਹਨਾਂ ਦੇ ਜਦੋਂ ਤੱਕ ਓਪੋਜੀਸ਼ਨ ਸੀਗੇ ਜਦੋਂ ਤੱਕ ਆਪਣੀਆਂ ਗੱਲਾਂ ਕਹਿ ਰਹੇ ਸੀ ਇਹਨਾਂ ਦਾ ਸਾਥ ਦਿੱਤਾ, ਜਿੱਦਣ ਪਰਖੇ ਗਏ ਤਿੰਨਾਂ ਮਹੀਨਿਆਂ 'ਚ ਪਛਾਣ ਲਏ ਇਹਨਾਂ, ਇਹ ਸਭ ਤੋਂ ਕੁਇਕੈਸਟ ਵੋਟਰ ਆ। ਇੱਕ ਤੁਸੀਂ ਗੱਲ ਕੀਤੀ ਹੈ ਕਿ ਮੀਤ ਹੇਅਰ ਜਾਂ ਆਮ ਆਦਮੀ ਪਾਰਟੀ ਤਾਂ ਫਾਈਟ 'ਚ ਵੀ ਅਸੀਂ ਬਾਹਰ ਕੱਢ ਦਿੱਤੀ ਹੈ, ਹੁਣ ਇੱਕ ਪਾਸੇ ਮੰਨ ਲਈਏ ਕਿ ਸਿਮਰਨਜੀਤ ਸਿੰਘ ਮਾਨ, ਇੱਕ ਪਾਸੇ ਸੁਖਪਾਲ ਸਿੰਘ ਖਹਿਰਾ, ਇਸ ਫਾਈਟ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਸਾਨੂੰ ਵੀ ਕਿਤੇ ਨਾ ਕਿਤੇ ਸੰਗਰੂਰ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇਕੱਲੇ ਕਹਿਰੇ ਨਜ਼ਰ ਆਏ, ਕੋਈ ਖੜਿਆ ਨਹੀਂ ਨਾਲ। ਮੈਨੂੰ ਕਿਸੇ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਉਹਨਾਂ ਉਸ ਦਾ ਆਸ਼ੀਰਵਾਦ ਚਾਹੀਦਾ ਵਾ ਅਤੇ ਲੋਕਾਂ ਦਾ ਪਿਆਰ ਚਾਹੀਦਾ। ਮੈਂ ਆਪ ਮਨਾ ਕੀਤਾ ਵਾ, ਮੈਨੂੰ ਪਾਰਟੀ ਹਾਈਕਮਾਂਡ ਨੇ ਕਿਹਾ ਸੀਗਾ ਕਿ ਅਗਰ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਦਾ ਤੁਸੀਂ ਇਕੱਠ ਰੱਖਣਾ ਚਾਹੁੰਦੇ ਰੱਖ ਲਓ, ਪਰ ਮੈਂ ਜਦੋਂ ਗਰਾਊਂਡ ਰਿਐਲਿਟੀ ਦੇਖ ਰਿਹਾ, ਮੇਰੇ ਸਾਹਮਣੇ ਫਿਲਮ ਚੱਲ ਰਹੀ ਆ ਪਿਛਲੇ 50 ਦਿਨ ਦੀ, ਮੈਂ ਕਿਹਾ ਉਹਨਾਂ ਦਾ ਕਿਉਂ ਟਾਈਮ ਜ਼ਾਇਆ ਕਰਾਉਣਾ, ਉਹ ਕਿਸੇ ਹੋਰ ਸੀਟ 'ਤੇ ਕੈਂਪੇਨ ਕਰਨਗੇ ਤਾਂ ਸਾਡੀ ਪਾਰਟੀ ਨੂੰ ਫਾਇਦਾ ਹੋਊਗਾ। ਇਹ ਮੈਂ ਆਪ ਹੀ ਨਹੀਂ ਕੀਤਾ, ਤੁਹਾਡਾ ਫੈਸਲਾ, ਮੈਂ ਆਪ ਹੀ ਨਹੀਂ ਬੁਲਾ ਰਿਹਾ ਜੀ, ਮੈਂ ਸਿਰਫ ਮੇਰੇ ਕੈਂਪੇਨ ਵਿੱਚ ਬਲਕੌਰ ਸਿੰਘ ਸਿੱਧੂ ਨੂੰ ਬੁਲਾਇਆ ਮੈਂ, ਕਿਉਂਕਿ ਉਹਨਾਂ ਦੇ ਮੈਂ ਮੇਰੇ ਤਾਲੁਕਾਤ ਆ, ਅਤੇ ਜਿਹੜੇ ਜਿਹਨਾਂ ਦੀ ਮੈਂ ਮਦਦ ਕੀਤੀ ਜਿੱਦਾਂ ਪਰਮਿੰਦਰ ਝੋਟੇ ਦੀ, ਉਹ ਮਾਨ ਸਾਹਿਬ ਨਾਲ ਮੈਨੂੰ ਕੋਈ ਗਿਲਾ ਨੀਗਾ, ਹੁਣ ਮਾਨ ਸਾਹਿਬ ਨੂੰ ਗਿਲਾ ਕੇ ਬਲਕੌਰ ਖਹਿਰੇ ਦੇ ਨਾਲ ਕੋ, ਪਰ ਮੈਨੂੰ ਕੋਈ ਗਿਲਾ ਨੀਗਾ। ਮੈਂ ਕਿਉਂਕਿ ਮੈਂ ਜਾ ਰਿਹਾ ਵਾਂ ਬੇਇਨਸਾਫੀ ਦੇ ਖਿਲਾਫ, ਮੈਂ ਕਿਸੇ ਇੰਡੀਵਿਜੁਅਲ ਦੀ ਗੱਲ ਨਹੀਂ ਕਰ ਰਿਹਾ। NSA ਮੈਂ ਕਿੱਡਾ ਵੱਡਾ ਤਕੜਾ ਵਿਰੋਧ ਕੀਤਾ ਵਿਧਾਨ ਸਭਾ ਦੇ ਅੰਦਰ ਬਾਹਰ, ਹੁਣ ਉਹਨਾਂ ਦੇ ਮਾਤਾ ਜੀ ਵੀ ਆ ਗਏ ਇੱਥੇ ਪੇਪਰ, ਮੈਨੂੰ ਕੋਈ ਇਤਰਾਜ਼ ਨੀਗਾ, ਯੂਨੋ ਆਈ ਐਮ ਲਾਈਕ, ਮੈਂ ਖੁੱਲ੍ਹੇ ਦਿਲ ਦਾ ਨਾਲ। ਮਤਲਬ ਖਡੂਰ ਸਾਹਿਬ ਤੋਂ ਚੱਲੀ ਹਵਾ ਵਾਇਆ ਫਰੀਦਕੋਟ ਸੰਗਰੂਰ ਵੀ ਅਸਰ ਜੇ ਕਰਦੀ ਹੈ ਤਾਂ ਤੁਹਾਨੂੰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ? ਮੈਨੂੰ ਲੱਗਦਾ ਲੋਕਾਂ ਨੂੰ ਪਤਾ ਵਾ ਕਿ ਅਗਰ ਹਵਾ ਜਿਹੜੀ ਆ ਉਹ ਸਾਰੀ ਗੱਲ ਤਾਂ ਖਹਿਰਾ ਕਰ ਰਿਹਾ ਵਾ, NSA ਦਾ ਠੋਕਵਾਂ ਜਿਹੜਾ ਵਿਰੋਧ ਜਿੰਨਾ ਮੈਂ ਕੀਤਾ ਸ਼ਾਇਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕੀਤਾ ਹੋਊਗਾ। ਔਰ ਮੈਂ ਕੱਲ੍ਹ ਸੀਗਾ, ਇੱਕ ਦੁਗਨੀ ਪਿੰਡ ਹੈ ਮੁਸਲਮਾਨਾਂ ਦਾ, ਮੈਨੂੰ ਯਾਦ ਆ ਗਈ ਗੱਲ, ਮੈਂ 370 ਦਾ ਵੀ ਵਿਰੋਧ ਕੀਤਾ ਜਦੋਂ ਸਾਰਾ ਦੇਸ਼ ਤਾੜੀਆਂ ਮਾਰ ਰਿਹਾ ਸੀਗਾ ਕਿ ਮੋਦੀ ਜੀ ਨੇ ਤਾਂ ਬਹੁਤ ਅੱਛਾ, ਮੈਂ ਕਿਹਾ ਯਾਰ ਤੁਸੀਂ ਇੱਕ ਬਣੀ ਬਣਾਈ ਸਟੇਟ ਮੁਸਲਮਾਨਾਂ ਦੀ ਘੱਟ ਗਿਣਤੀਆਂ 'ਤੇ ਤੋੜਤੀ, ਇੱਕ ਪਾਸੇ ਆਪਾਂ ਕਹਿੰਦੇ ਫੈਡਰਲ ਢਾਂਚਾ ਹੋਣਾ ਵਾ ਵੱਧ ਅਧਿਕਾਰਾਂ ਦੀ, ਸੁਖਬੀਰ ਹੁਣੀ ਉੱਦਣ ਹੀ ਉੱਠ ਗਏ ਸੀਗੇ, ਜੇ ਮੈਂ ਉਹਦੀ ਜਗ੍ਹਾ ਪ੍ਰਧਾਨ ਹੁੰਦਾ ਨਾ ਸ਼੍ਰੋਮਣੀ ਅਕਾਲੀ ਦਲ ਦਾ, ਮੈਂ ਉੱਦਣ ਹੀ ਬੀਜੇਪੀ ਨਾਲ ਨਾਤਾ ਤੋੜ ਲੈਂਦਾ। ਦਿਸ ਇਜ਼ ਹਾਓ ਯੂ ਸ਼ੁੱਡ ਥਿੰਕ, ਔਰ ਇਸ ਤਰੀਕੇ ਨਾਲ ਪੋਲੀਟਿਕਸ ਅੱਗੇ ਚੱਲਣੀ ਚਾਹੀਦੀ ਆ। ਮੈਂ ਇਹ ਕਹਿ ਸਕਦਾ ਕਿ ਸਾਡੀ ਜਿਹੜੀ ਲੜਾਈ ਹੈ ਨਾ ਸੰਦੀਪ ਜੀ, ਮੇਰੀ ਲੜਾਈ ਕੀ ਆ, ਮੇਰੀ ਕਾਂਗਰਸ ਦੀ ਪ੍ਰੈਜੈਂਸ 1800+ ਬੂਥਾਂ ਦੇ ਉੱਤੇ, ਹਰ ਬੂਥ 'ਤੇ ਸਾਡੀ ਲੜਾਈ, ਜਿੱਦਾਂ ਸ਼ਹਿਰ ਦੇ ਵਿੱਚ ਵੜ ਜਾਓਗੇ ਤਾਂ ਚੰਦ ਜੇ ਬੂਥਾਂ 'ਤੇ ਬੀਜੇਪੀ ਨਾਲ ਹੈ, ਥੋੜ੍ਹੇ ਜਿਹੇ ਬੂਥਾਂ ਦੇ ਉੱਤੇ ਝਾੜੂ ਨਾਲ ਹੈ, ਮਤਲਬ ਰੈਂਡਮਲੀ ਥੋੜ੍ਹੇ ਨਹੀਂ ਕਈਆਂ 'ਤੇ, ਅਤੇ ਕਈਆਂ ਦੇ ਉੱਤੇ ਸਾਡੀ ਸਿਮਰਨਜੀਤ ਮਾਨ ਨਾਲ। ਇਹ ਐਗਜੈਕਟਲੀ ਉਹੀ ਗੱਲ ਹੋਈ ਜੋ ਭਲੱਥ ਮੈਂ ਲੜ ਰਿਹਾ ਸੀਗਾ, ਝਾੜੂ ਵੀ ਕੁਛ ਬੂਥਾਂ 'ਤੇ ਨਜ਼ਰ ਆ ਰਿਹਾ ਸੀਗਾ, ਥੋੜ੍ਹਿਆਂ ਜਿਹੇ ਤਾਂ ਅਕਾਲੀ ਨਜ਼ਰ ਆ ਰਹੇ ਸੀਗੇ, ਅਤੇ ਅਲਟੀਮੇਟਲੀ ਮੇਰੀ ਵਿਕਟਰੀ ਹੋਈ ਔਰ ਝਾੜੂ ਦੀ ਜ਼ਮਾਨਤ ਜ਼ਬਤ ਹੋਈ। ਸੋ ਇਹ ਜਿਹੜਾ ਸਿਲੈਕਟਿਵ ਫਾਈਟਸ ਹੈ ਉਹਨਾਂ ਦੀ, ਸੋ ਸਿਮਰਨਜੀਤ ਮਾਨ ਲੈਟਸ ਏ ਕਿਸੇ ਇੱਕ ਬਲੋਕ ਵਿੱਚ ਸਟਰੋਂਗ ਨੇ, ਦ ਮੂਮੈਂਟ ਉਹ ਸ਼ਹਿਰ ਵੜਨਗੇ ਸੰਗਰੂਰ, ਦ ਮੂਮੈਂਟ ਉਹ ਬਰਨਾਲੇ ਸ਼ਹਿਰ 'ਚ ਵੜਨਗੇ, ਦ ਮੂਮੈਂਟ ਉਹ ਭਵਾਨੀਗੜ੍ਹ 'ਚ ਵੜਨਗੇ, ਉੱਥੇ ਉਹਨਾਂ ਦੀ ਵੋਟਾਂ ਨਿਲ ਹੋ ਜਾਂਦੀਆਂ। ਇੱਕ ਤੁਹਾਡਾ ਇਤਿਹਾਸ ਰਿਹਾ ਆਪਣੀ ਚੋਣ ਲੜਨ ਦਾ ਵੀ, ਤੁਹਾਡੇ ਉਸ ਤੋਂ ਬਾਅਦ ਪਹਿਲਾਂ ਜਿਹੜੀ ਪਹਿਲਾਂ ਵਾਲੀ ਪੀੜ੍ਹੀ ਹੈ ਉਹਨਾਂ ਨੇ ਤਾਂ ਮੰਤਰੀਸ਼ਿਪ ਵੀ ਕੀਤੀ ਹੈ, ਪਰ ਤੁਹਾਡੇ 'ਚ ਨਰੋਲ ਸੱਤਾ ਦਾ ਆਨੰਦ ਨਹੀਂ ਤੁਸੀਂ ਕਦੇ ਮਾਣਿਆ, ਕਿਤੇ ਇਹ ਨਾ ਹੋਵੇ ਕਿ ਇੱਧਰੋਂ ਲੋਕ ਸਭਾ 'ਚ ਜਿੱਤ ਜਾਓ ਉੱਥੇ ਫਿਰ ਓਪੋਜੀਸ਼ਨ ਦਾ ਰੋਲ ਨਿਭਾਉਣਾ ਪਵੇ ਸੈਂਟਰ 'ਚ। ਨਹੀਂ ਉਹ ਚਲੋ ਮੇਰੀ ਕਿਸਮਤ ਆ, ਮੈਨੂੰ ਤਾਂ ਓਪੋਜੀਸ਼ਨ ਦਾ ਰੋਲ ਕਰਕੇ ਮੈਂ ਬੜੀ ਸੰਤੁਸ਼ਟੀ ਮਹਿਸੂਸ ਹੁੰਦੀ ਆ, ਇੱਥੇ ਦਿਲ ਨੂੰ ਠੰਡ ਪੈਂਦੀ ਯਾਰ, ਜਦੋਂ ਤੁਸੀਂ ਕਿਸੇ ਮਜ਼ਲੂਮ ਦੀ ਮਦਦ ਕਰਦੇ ਹੋ ਜਾਂ ਪੰਜਾਬ ਦੇ ਉਹ ਮੁੱਦੇ ਚੱਕਦੇ ਹੋ,
ਜਿਹਦੇ ਨਾਲ ਤੁਹਾਡੀ ਸਟੇਟ ਦੇ ਲੋਕਾਂ ਦੇ ਵਿੱਚ ਮਤਲਬ ਸਾਹ ਆਉਂਦਾ ਵਾ ਜਾਂ ਉਹਨਾਂ ਨੂੰ ਹੌਸਲਾ ਮਿਲਦਾ, ਇਹਦੇ ਨਾਲ ਜ਼ਿਆਦਾ ਆਨੰਦਮਈ ਕੰਮ। ਮੰਤਰੀਆਂ ਦਾ ਕੀ ਹੁੰਦਾ, ਆਹ ਮੀਥ ਏਅਰ ਮੰਤਰੀ ਆ, ਇਹਦੇ ਪੱਲੇ ਕੀ ਆ, ਨਥਿੰਗ। ਗੱਡੀ ਲੈ ਕੇ ਇਕੱਲਾ ਤੁਰਿਆ ਫਿਰਦਾ ਵਾ, ਕਿਸੇ ਕੋਈ ਕੰਮ ਕੀਤਾ, ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਅਫਸੋਸ ਕੀਤਾ, NSA ਦਾ ਵਿਰੋਧ ਕੀਤਾ, ਸ਼ੰਭੂ ਬਾਰਡਰ 'ਤੇ ਖਨੌਰੀ 'ਤੇ ਕਿਸਾਨਾਂ ਨੂੰ ਜਾ ਕੇ ਮਿਲੇ, ਸ਼ੁਭਕਰਨ ਦੇ ਘਰ ਕਦੇ ਗਏ ਨੇ, ਗੁਜਰਾਂ ਪਿੰਡ ਵਿੱਚ 25 ਬੰਦੇ ਗਰੀਬਾਂ ਦੇ, ਉੱਥੇ ਤੱਕ ਨਹੀਂ ਜਾ ਸਕਿਆ ਆਪਣੇ ਜ਼ਿਲ੍ਹੇ ਦੇ ਵਿੱਚ। ਸੋ ਇਹ ਕੀ ਹੁੰਦਾ ਵਾ ਕਿ ਇਹ ਉਹ ਮਿਨਿਸਟਰਸ ਨੇ, ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ, ਇਹ ਕੇਜਰੀਵਾਲ ਦੇ ਹੁਕਮ ਨਾਲ ਚੱਲਦੇ ਨੇ। ਦੇਅਰ ਆਲ ਯੈਸ ਮੈਨ। ਕੇਜਰੀਵਾਲ ਕਹੂਗਾ ਰਾਤ ਹੈ, ਹਾਂ ਸਰ ਰਾਤ ਹੈ, ਦਿਨ ਹੈ, ਹਾਂ ਸਰ ਦਿਨ ਹੈ। ਇਹਨਾਂ ਦੀ ਕੋਈ ਇੰਡੀਪੈਂਡੈਂਟ ਹੋਂਦ ਹੀ ਨਹੀਂ ਗੀ। ਐਂ ਕਰੋ, ਮੈਂ ਮੀਥਿਆ ਨੂੰ ਕਿਹਾ ਚੱਲ ਮੇਰੇ ਨਾਲ, ਆਪਾਂ ਇਹਨੂੰ ਮਾਝੇ 'ਚ ਲੈ ਕੇ ਜਾਂਦੇ ਕਿਸੇ ਨਰੋਲ ਪੇਂਡੂ ਏਰੀਏ 'ਚ, ਸਾਨੂੰ ਦੋਨਾਂ ਨੂੰ ਖੜ੍ਹੇ ਕਰ ਦਿਓ। ਮੈਨੂੰ ਤਾਂ 90 ਸਾਲ ਦੀ ਬੁੜੀ ਵੀ ਪਛਾਣ ਲੂਗੀ ਕਿ ਆਹ ਖੇਰਾ ਵਾ, ਇਹ ਰੋਜ਼ ਬੋਲਦਾ ਪੰਜਾਬ ਦੇ ਵਿੱਚ, ਆਹ ਬਾਬੂ ਜੀ ਕੌਣ ਹੈ ਅਗਲੇ ਨਾਲ ਦੇ, ਇਹਦੀ ਪਛਾਣ ਹੀ ਹੈ ਨਹੀਂ ਕਿ ਬਿਯੋਂਡ ਇਸ, ਵੱਧ ਤੋਂ ਵੱਧ ਆਪਣੇ ਜ਼ਿਲ੍ਹੇ 'ਚ ਹੋਊਗੀ। ਇਹਨੂੰ ਤਾਂ ਸੰਗਰੂਰ ਦੇ 9 ਹਲਕਿਆਂ ਦੇ ਵਿੱਚ ਲੋਕੀ ਨਹੀਂ ਜਾਣਦੇ। ਇਤਰਾਰ ਮੰਤਰੀ ਹੈ ਸਾਡੇ, ਮੁੱਖ ਮੰਤਰੀ ਕਹਿ ਗਏ ਸੀ ਰੋਡ ਸ਼ੋਅ ਦੇ ਵਿੱਚ, ਸਾਡੇ ਬੜੇ ਇੰਟੈਲੀਜੈਂਟ। ਫਿਰ ਉਹਦੇ ਤੋਂ ਮਹਿਕਮੇ ਕੋ ਵਾਪਸ ਲਏ, ਫਿਰ ਐਜੂਕੇਸ਼ਨ ਮਿਨਿਸਟਰ ਬਣਾਇਆ ਸੀ, ਫਿਰ ਮਹਿਕਮਾ ਕੋ ਵਾਪਸ ਲਿਆ, ਫਿਰ PWD ਦਿੱਤਾ ਉਹ ਵੀ ਲੈ ਲਿਆ, ਫਿਰ ਵਾਟਰ ਕੰਜ਼ਰਵੇਸ਼ਨ ਦਿੱਤਾ ਉਹ ਵੀ ਲੈ ਲਿਆ, ਫਿਰ ਇਹਨੂੰ ਮਾਈਨਿੰਗ ਦਾ ਦਿੱਤਾ ਉਹ ਵੀ ਲੈ ਲਿਆ। ਇਹ ਤੇਜ਼ ਤਰਾਰ ਕਿੱਥੋਂ ਹੋ ਗਿਆ ਜੀ? ਇਹ ਸੁਸਤ ਰਫਤਾਰ ਵਾਲਾ ਮੰਤਰੀ। ਇੱਕ ਲੋਕ ਸਭਾ ਹਲਕਾ ਸੰਗਰੂਰ ਨੂੰ ਲੈ ਕੇ ਕਹਿੰਦੇ ਸਮੀਕਰਨ ਬਦਲਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਇੱਕ ਕਰੇਗਾ ਫੈਕਟਰ ਢੀਂਡਸਾ ਦਲ। ਢੀਂਡਸਾ ਦਲ ਦਾ ਵੋਟ ਬੈਂਕ ਹੈ, ਕਹਿੰਦੇ ਜਿੱਧਰ ਨੂੰ ਰੁੱਖ ਕਰ ਗਿਆ ਉਹੀ ਜਿੱਤ ਜੂ ਇੱਥੋਂ। ਔਰਗੈਨਿਕਲੀ ਢੀਂਡਸਾ ਗਰੁੱਪ ਦੀ ਜਿਹੜੀ ਵੇਵ ਲੈਂਥ ਹੈ ਨਾ, ਉਹ ਮੇਰੇ ਨਾਲ ਮਿਲ ਰਹੀ ਆ। ਉਹ ਪੰਥਕ ਨੇ, ਇਹਦਾ ਮੰਨਦੇ ਨਾ ਆਪਾਂ, ਅਕਾਲੀ ਬੈਕਗਰਾਊਂਡ ਵਾਲੇ, ਅਕਾਲੀ ਬੈਕਗਰਾਊਂਡ ਮੇਰਾ ਵਾ, ਉਹਨਾਂ ਅੱਧਿਆਂ ਦੇ ਤਾਂ ਮੇਰੇ ਪਿਤਾ ਜੀ ਨਾਲ ਇੱਧਰਲੇ ਪਾਸੇ ਸੰਪਰਕ ਆ, ਬਹੁਤ ਸਾਰੇ ਸਕੂਲ ਅਪਗ੍ਰੇਡ ਕੀਤੇ, ਬਹੁਤ ਸਾਰੇ ਅਕਾਲੀ ਬਜ਼ੁਰਗ ਮਿਲਦੇ ਨੇ ਕਿ ਤੇਰੇ ਪਿਤਾ ਜੀ ਨਾਲ ਅਸੀਂ ਕੰਮ ਕੀਤਾ ਵਾ, ਉਹਨਾਂ ਨੇ ਸਾਡੇ ਭਰਤੀਆਂ ਕੀਤੀਆਂ, ਸਾਡੇ ਬਦਲੀਆਂ ਕੀਤੀਆਂ। ਸੋ ਮੇਰਾ ਅਕਾਲੀ ਬੈਕਗਰਾਊਂਡ ਉਹਨਾਂ ਨਾਲ ਬਹੁਤ ਅੱਛੇ ਤਰੀਕੇ ਨਾਲ ਕਲਿੱਕ ਕਰ ਰਿਹਾ, ਔਰ ਨਾਲ ਮੈਂ ਜਿਹੜੇ ਪੰਥਕ ਇਸ਼ੂਜ਼ ਚੱਕੇ, ਓਨੈਸਟਲੀ ਚੱਕੇ ਨੇ, ਮਤਲਬ ਜਿੱਦਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਮੈਂ ਹੀ ਚੱਕਿਆ ਨਾ, ਹੋਰ ਤਾਂ ਕਿਸੇ ਨੇ ਚੱਕਿਆ ਹੀ ਨੀਗਾ, ਉਹਦਾ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਣਾ। ਸੋ ਇਸ ਕਰਕੇ ਉਹਨਾਂ ਨੂੰ ਪਤਾ ਵਾ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਅਕਾਲੀ ਦਲ ਨੂੰ ਕਰਨੀਆਂ ਚਾਹੀਦੀਆਂ ਸੀ, ਵੱਧ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਸੀ, ਉਹ ਸਾਰੀਆਂ ਗੱਲਾਂ ਖਹਿਰਾ ਕਰ ਰਿਹਾ। ਤੁਹਾਡੀ ਅਸੈਸਮੈਂਟ ਹੈ ਕਿ ਢੀਂਡਸਾ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਜਿਹੜਾ ਉਹਨਾਂ ਦੀ ਸਮਰਥਕ ਵਾਲਾ ਤੁਹਾਡੇ ਅਲਾਊਗਾ? ਮੈਜੋਰਿਟੀ, ਥੋੜ੍ਹਾ ਜਿਹਾ ਹਿੱਸਾ ਜਾਊ ਸਿਮਰਨਜੀਤ ਮਾਨ ਨੂੰ। ਸੁਨੇਹਾ ਆਇਆ ਉਸ ਪਾਸਿਓਂ? ਮੈਂ ਦੱਸ ਦੇਣਾ, ਥੋੜ੍ਹਾ ਨਹੀਂ, ਇੱਦਾਂ ਨਹੀਂ ਕੋਈ ਗੱਲ ਹੈਗੀ, ਥੋੜ੍ਹਾ ਜਿਹਾ ਹਿੱਸਾ ਜਾਊਗਾ ਸਿਮਰਨਜੀਤ ਮਾਨ ਨੂੰ, ਜਿਹੜੇ ਬਿਲਕੁਲ ਫੰਡਾਮੈਂਟਲਿਸਟ ਕਹਿ ਲਓ, ਜਿਹੜੇ ਕਹਿੰਦੇ ਕਿ ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ, ਉਹ ਵੋਟ ਉਹਨਾਂ ਨੂੰ ਜਾਊਗੀ। ਮੇਰਾ ਆਪਣਾ ਅੰਦਾਜ਼ਾ ਵਾ ਕਿ ਢੀਂਡਸਾ ਸਾਹਿਬ ਦੇ ਗਰੁੱਪ ਦੀ 70-75% ਵੋਟ ਉਹ ਮੈਨੂੰ ਪਊਗੀ, ਕਿਉਂਕਿ ਮੇਰੇ ਨਾਲ ਟੱਚ ਵੀ ਨੇ, ਉਹ ਆਪੇ ਹੀ ਟੱਚ ਹੋ ਗਏ ਜਦੋਂ ਪਰਮਿੰਦਰ ਨੂੰ ਟਿਕਟ ਨਹੀਂ ਦਿੱਤੀ ਗਈ, ਤਾਂ ਉਹਨਾਂ ਨਾਲ ਬੜਾ ਉਹਨਾਂ ਨਾਲ ਧੋਖਾ ਹੋਇਆ ਬਾਦਲ ਨੇ, ਅਤੇ ਉਹਨਾਂ ਨੇ ਝੁੰਡੇ ਨੂੰ ਤਾਂ ਵੋਟ ਪਾਉਣੀ ਨਹੀਂ ਸੀਗੀ, ਹੁਣ ਨਾ ਉਹ BJP ਨੂੰ ਪਾਉਣ, ਨਾ ਉਹ ਝਾੜੂ ਨੂੰ ਪਾਉਣ। ਮੈਂ ਦੱਸਦਾ ਰਹਿ ਗਈ ਆਪਸ਼ਨ ਸਿਮਰਨਜੀਤ ਮਾਨ ਅਤੇ ਖਹਿਰਾ, 25 ਪੈਸੇ ਉਹਨਾਂ ਨੂੰ ਚੱਲ ਜਾਣੀ ਹੈ ਜਿਹੜੇ ਬਿਲਕੁਲ ਕਹਿੰਦੇ ਕਿ ਅਸੀਂ ਕਾਂਗਰਸ ਨੂੰ ਕਈਆਂ ਨੇ ਸੌਹਾਂ ਖਾਧੀਆਂ ਕਿ ਨਹੀਂ ਪਾਉਣੀ, ਬਾਕੀ ਜਿਹੜਾ ਥੋੜ੍ਹਾ ਜਿਹਾ ਸੋਚ ਸਮਝ ਰੱਖਦਾ ਵਾ ਉਹ ਸਾਰੀ ਵੋਟ ਮੈਨੂੰ। ਔਰ ਉਹਨਾਂ ਦੇ ਆਦਮੀ ਜਿਹੜੇ ਚੰਗੇ ਟੌਪ ਕਲਾਸ ਜਿਹੜੇ ਇਸ ਹਲਕੇ ਦੇ ਵਧੀਆ ਬੰਦੇ ਨੇ ਉਹ ਸਾਰੇ ਸਾਡੇ ਨਾਲ ਟੱਚ। ਇੱਕ ਆਖਰੀ ਸਵਾਲ ਆ ਮੇਰਾ, ਉਹ ਇਹ ਆ ਕਿ ਤੁਸੀਂ ਵੈਸੇ ਤਾਂ 13 ਸੀਟਾਂ ਉੱਤੇ ਜਿੰਨੇ ਉਮੀਦਵਾਰ ਮੈਦਾਨ 'ਚ ਨਿਤਰੇ ਆ ਇੱਕ ਦੂਜੇ ਦੇ ਖਿਲਾਫ ਤੋਮਤਬਾਜ਼ੀ ਤੋਂ ਬਾਹਰ ਨਹੀਂ ਆ ਰਹੇ, ਪਰ ਤੁਸੀਂ ਹਟ ਕੇ ਗੈਰ ਪੰਜਾਬੀਆਂ ਵਾਲੇ ਮੁੱਦੇ 'ਤੇ ਬਾਕੀ ਨਾਲ ਆਪਣੀ ਰਾਏ ਰੱਖਤੀ ਕਿ ਅਸੀਂ ਐਂ ਸੋਚਦੇ ਹਾਂ, ਉਹਦੇ ਨਾਲ ਬਾਕੀਆਂ ਨੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਿਐਕਟ ਕਰ ਦਿੱਤਾ। ਇੱਥੋਂ ਵਾਲੇ ਜਿਹੜੇ ਪ੍ਰਤਾਪ ਸਿੰਘ ਬਾਜਵਾ LOP ਤੁਹਾਡੇ ਲੀਡਰ ਹੈ, ਉਹ ਕਹਿੰਦੇ ਕਿ ਖਹਿਰਾ ਦੀ ਨਿੱਜੀ ਰਾਏ ਹੋਏਗੀ, ਅਸੀਂ ਨਹੀਂ ਇਹਦੇ ਨਾਲ। ਮੈਂ ਇਹਨਾਂ ਮੇਰੇ ਸਾਡੇ ਸਤਿਕਾਰਯੋਗ ਕੁਲੀਗਸ ਆ, ਮੈਂ CLP ਦੇ ਵਿੱਚ ਮਸਲਾ ਡਿਸਕਸ ਕਰਕੇ ਫਿਰ 2023 ਦੀ ਜਨਵਰੀ ਵਿੱਚ ਸਪੀਕਰ ਨੂੰ ਮਿਲ ਕੇ ਬਿੱਲ ਦੇ ਕੇ ਆਇਆ ਸੀ, ਐਵੇਂ ਨਹੀਂ ਦੇ ਕੇ ਆਇਆ ਮੈਂ। ਔਰ ਇਹ ਜਿਹੜੇ ਹੁਣ ਘਬਰਾ ਰਹੇ ਨੇ, ਕੀ ਹੁੰਦਾ ਵਾ ਕਿ ਇਲੈਕਸ਼ਨ ਵਿੱਚ ਤੁਹਾਨੂੰ 10 ਕਾਲਾਂ ਆ ਜਾਣ, ਬੰਦਾ ਰੈਟਲ ਹੋ ਜਾਂਦਾ, ਜਿਹੜਾ ਥੋੜ੍ਹਾ ਜਿਹਾ
ਉਹਦਾ ਮਾਈਂਡ ਸੈਟ ਹਲਕਾ ਜਿਹਾ ਬਿਹੇਵੀਅਰ ਕਰ ਜੇ ਫਿਰ ਤੁਸੀਂ ਘਬਰਾ ਜਾਂਦੇ ਹੋ। ਉਹ ਇਸ ਤਰ੍ਹਾਂ ਦੀਆਂ ਕਾਲਾਂ ਆਈਆਂ ਕਿ ਜੀ ਇਹ ਕੀ ਕਹਿਤਾ, ਕਿਸੇ ਨੇ ਮੇਰੀ ਗੱਲ ਤਾਂ ਪ੍ਰੋਪਰਲੀ ਸੁਣੀ ਨਹੀਂ ਗੀ। ਮੈਨੂੰ ਕਿਸੇ 3-4 ਕਾਂਗਰਸ ਦੇ ਚੰਗੇ ਲੀਡਰਾਂ ਦਾ ਆਇਆ, ਮੈਂ ਕਿਹਾ ਤੁਸੀਂ ਮੇਰੀ ਗੱਲ ਸੁਣੀ? ਕਹਿੰਦੇ ਨਹੀਂ। ਮੈਂ ਵੀਡੀਓ ਭੇਜੀ, ਕਹਿੰਦੇ ਯਾਰ ਇਹ ਤਾਂ ਕੁਝ ਨੁਕਸ ਹੀ ਨੀਗਾ, ਕਿਉਂ ਮੈਂ ਕਹਿ ਕੀ ਰਿਹਾ ਵਾਂ। ਮੈਂ ਕਹਿ ਰਿਹਾ ਵਾਂ ਕਿ ਗੈਰ ਪੰਜਾਬੀ ਅਗਰ ਕੰਮ ਕਰਨਾ ਚਾਹੁੰਦੇ ਨੇ, ਪੈਸੇ ਕਮਾਉਣਾ ਚਾਹੁੰਦੇ ਨੇ, ਜੀ ਸਦਕੇ ਪੰਜਾਬ ਹੁਣ ਪਿਛਲੇ 40-50 ਸਾਲ ਤੋਂ ਝੋਨਾ ਲਾਉਣ ਆਉਂਦੇ ਹੀ ਆ ਨਾ ਪ੍ਰਵਾਸੀ, ਪੈਸੇ ਕਮਾਉਂਦੇ ਚਲੇ ਜਾਂਦੇ ਆ ਸਟੇਸ਼ਨਾਂ ਤੇ। ਆਓ ਭਗਤ ਬੜੀ ਚੰਗੀ ਹੁੰਦੀ। ਗੱਲ ਸੁਣੋ, ਜਿਹੜੇ ਲੋਕ ਇੱਥੇ ਪਰਮਾਨੈਂਟਲੀ ਰਹਿਣਾ ਚਾਹੁੰਦੇ, ਆਲ ਆਈ ਐਮ ਸੇਇੰਗ ਇਜ਼ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਇੱਕ ਲਾਅ ਬਣਾ ਦਿਓ, ਉਹ ਸ਼ਰਤਾਂ ਪੂਰੀਆਂ ਕਰ ਦੇਣ ਅਤੇ ਸਾਡੇ ਸੂਬੇ 'ਚ ਰਹਿਣ। ਇਹਦੇ 'ਚ ਮੈਂ ਕੀ ਗਲਤ ਕਹਿ ਰਿਹਾ? ਅਗਰ ਮੈਂ ਐਂਟੀ ਨੈਸ਼ਨਲ ਹਾਂ ਤਾਂ ਫਿਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਐਂਟੀ ਨੈਸ਼ਨਲ ਹੈ, ਅਗਰ ਮੈਂ ਐਂਟੀ ਨੈਸ਼ਨਲ ਹਾਂ ਤਾਂ ਫਿਰ ਗੁਜਰਾਤ ਵੀ ਐਂਟੀ ਨੈਸ਼ਨਲ, ਕਿਉਂਕਿ ਗੁਜਰਾਤ 'ਚ ਵੀ ਇਹੀ ਲਾਅ, ਬੀਜੇਪੀ ਨੇ ਹੁਣ ਉੱਤਰਾਖੰਡ 'ਚ ਵੀ ਇਹਨੂੰ ਇੰਟਰੋਡਿਊਸ ਕਰਤਾ। ਸੋ ਜਿਹੜੇ ਸਾਡੇ ਲੀਡਰਸ ਨਾ ਥੋੜ੍ਹੇ ਜਿਹੇ ਪ੍ਰੈਸ਼ਰ 'ਚ ਆ ਜਾਂਦੇ। ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਤੁਸੀਂ ਗੈਰ ਪੰਜਾਬੀਆਂ ਦੀ ਵੋਟ ਦਾ ਇੰਨਾ ਚਿੰਤਾ ਕਰ ਰਹੇ ਹੋ, ਤੁਹਾਨੂੰ ਸਿੱਖ ਵੋਟ ਅਤੇ ਪੰਜਾਬੀ ਦੀ ਕੋਈ ਵੋਟ ਦੀ ਚਿੰਤਾ ਨਹੀਂ ਗੀ? ਉਹਨਾਂ ਦੇ ਮੁਕਾਬਲੇ ਉਹਨਾਂ ਦੀ ਤਾਂ ਵੋਟ ਹੀ ਕੁਛ ਨਹੀਂ ਹਲੇ। ਅੱਜ ਡਿਸਕਸ਼ਨ ਹੋਈ? ਹਾਂ ਹੋਈ ਆ, ਉਹਨਾਂ ਨੂੰ ਸੈਟੀਸਫਾਈ ਕਰਤਾ ਸੀਗਾ, ਬਲਕਿ ਮੇਰੀ ਪਾਰਟੀ ਹਾਈਕਮਾਂਡ ਨੇ ਜਿਹੜਾ ਅਸਲ ਉੱਤੋਂ ਉਹ ਬੜੇ ਖੁਸ਼ ਨੇ। ਯੂਲ ਬੀ ਸਰਪ੍ਰਾਈਜ਼ਡ ਕਿ ਯਾਰ ਇਹ ਤਾਂ ਆਪਣੇ ਪੰਜਾਬ ਕੇ ਲਈ ਇਤਨਾ ਵਧੀਆ ਸਟੈਂਡ ਲਿਆ ਹੈ, ਮੈਨੂੰ ਕਹਿ ਕੇ ਗਏ ਨੇ। ਸੋ ਇਸ ਕਰਕੇ ਸਾਡੇ ਲੀਡਰਸ ਕਹੀ ਨਾ ਐਵੇਂ ਛੋਟੇ 10-20-50 ਕਾਲਾਂ ਤੋਂ ਡਰ ਜਾਂਦੇ, ਇੱਦਾਂ ਡਰਨਾ ਨਹੀਂ ਚਾਹੀਦਾ, ਆਪਣੇ ਸਟੈਂਡ 'ਤੇ ਕਾਇਮ ਰਹਿਣਾ ਚਾਹੀਦਾ। ਨਫਾ ਨੁਕਸਾਨ ਤਾਂ ਜ਼ਿੰਦਗੀ 'ਚ ਹੁੰਦਾ ਹੀ ਹੈ, ਪਰ ਮੇਰੀ ਦਲੀਲ ਦੇਖੋ ਨਾ, ਹੁਣ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਜੀ ਕਿ ਬਿਹਾਰੀਓ ਕਾ ਕਾਂਗਰਸ ਕੇ ਨੇਤਾ ਬਹਿਸ਼ਕਾਰ ਕਰਨਾ ਕਹਿ ਰਹੇ। ਮੈਂ ਬਹਿਸ਼ਕਾਰ ਦਾ ਵਰਡ ਨਹੀਂ ਯੂਜ਼ ਕੀਤਾ, ਮੈਂ ਬਿਹਾਰ ਵੀ ਨਹੀਂ ਕੀਤਾ। ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਬਾਅਦ 'ਚ ਪੁੱਛਿਆ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਕਹਿੰਦੇ ਆ ਕਿ ਬਿਹਾਰੀਆਂ ਨੂੰ ਪੰਜਾਬ 'ਚ ਨਹੀਂ ਆਉਣ, ਤੁਸੀਂ ਤਾਂ ਸਿੱਖ ਅਤੇ ਪੰਜਾਬੀ, ਸਿੱਖ ਅਤੇ ਪੰਜਾਬੀ ਗੁਜਰਾਤ 'ਚੋਂ ਕੱਢ ਦਿੱਤੇ ਨੇ ਕੱਚ ਦੇ ਇਲਾਕੇ 'ਚ, ਲਾਲ ਬਹਾਦੁਰ ਸ਼ਾਸਤਰੀ ਦੇ ਸਮੇਂ 60 ਦੇ ਦਹਾਕੇ 'ਚ ਜੰਗਲ ਆਬਾਦ ਕਰਕੇ, ਜੰਗਲਾਂ ਨੂੰ ਪੱਟ ਕੇ ਸਿੱਖਾਂ ਦੇ ਪਰਿਵਾਰਾਂ ਨੇ ਕੱਚ ਉਹਦੇ 'ਚ ਗੁਜਰਾਤ 'ਚ ਹਜ਼ਾਰਾਂ ਪਰਿਵਾਰ ਸੈਟਲ ਹੋ ਗਏ। ਜਦੋਂ ਬਾਈ ਜ਼ਮੀਨ ਵਧੀਆ ਬਣਾ ਲਈ 50-60 ਸਾਲ ਲਾ ਕੇ, ਗੁਜਰਾਤ ਗਵਰਨਮੈਂਟ ਨੇ ਉਹਨਾਂ ਦੀ ਮਾਲਕੀ ਕੈਂਸਲ ਕਰਤੀ ਹੈ, ਉਹ ਵਿਚਾਰੇ ਹਾਈਕੋਰਟ ਗਏ ਅਹਿਮਦਾਬਾਦ, ਉਹਨਾਂ ਨੇ ਬਹਾਲ ਕਰਤੀ। ਬੀਜੇਪੀ ਦੀ ਸਰਕਾਰ ਐਡੀ ਬਦਲਾ ਖੋ ਰਿਹਾ ਕਿ ਉਹਨਾਂ ਨੇ ਸੁਪਰੀਮ ਕੋਰਟ SLP ਪਾ ਕੇ, ਹੁਣ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਸੁਪਰੀਮ ਕੋਰਟ 'ਚ ਆ। ਫਰਜ਼ ਕਰੋ ਸੁਪਰੀਮ ਕੋਰਟ ਕੱਚ ਦੇ ਸਿੱਖ ਕਿਸਾਨਾਂ ਦਾ ਮਾਲਕੀ ਰੱਦ ਕਰ ਦਿੰਦੀ, ਉਹ ਤਾਂ ਬੇਜ਼ਮੀਨੇ ਹੋ ਜਾਣਗੇ। ਮਤਲਬ ਮੋਦੀ ਸਾਹਿਬ ਆਪਣਾ ਵੀ ਦੱਸਣ ਨਾ ਕਿ ਸਿੱਖਾਂ ਨੂੰ, ਪੰਜਾਬੀਆਂ ਨੂੰ ਕੱਚ 'ਚੋਂ ਉਹਨਾਂ ਦੀ ਮਾਲਕੀ ਕਿਉਂ ਰੱਦ ਕੀਤੀ ਜਾ ਰਹੀ। ਮੋਦੀ ਸਾਹਿਬ ਦੇ ਨਾਲ ਨਾਲ CM ਸਾਹਿਬ ਦਾ ਵੀ ਬਿਆਨ ਆਇਆ ਸੀ, ਉਹ ਵੀ ਤੁਸੀਂ ਸੁਣਿਆ ਹੋਣਾ। ਉਹ ਕਹਿੰਦੇ ਕਿ ਜਿਹੜੇ ਸਾਡੇ ਵਾਲੇ ਇੱਧਰ ਨੂੰ ਜਾਂਦੇ ਆ ਬਾਹਰਲੇ ਮੁਲਕਾਂ ਨੂੰ, ਉਹਦੇ ਬਾਰੇ ਸੰਦੀਪ ਐਡੀ, ਮੈਂ ਕਹਿੰਦਾ ਐਡਾ ਅਨਪੜ੍ਹ ਟਾਈਪ ਸਟੇਟਮੈਂਟ ਹੈ, ਹਾਸੋ ਹੀ ਨਹੀਂ ਸਟੇਟਮੈਂਟ ਹੈ। ਮੈਂ ਕਹਿ ਕੀ ਰਿਹਾ? ਮੈਂ ਕਹਿੰਦਾ ਕਿ ਜਿਨ੍ਹਾਂ ਨੇ ਨੌਕਰੀਆਂ ਲੈਣੀਆਂ, ਜ਼ਮੀਨ ਲੈਣੀ ਜਾਂ ਸਾਡਾ ਵੋਟਰ ਬਣਨਾ, ਆਹ ਸ਼ਰਤਾਂ ਪੂਰੀਆਂ ਕਰ ਦਿਓ। ਸਾਨੂੰ ਪਤਾ ਤਾਂ ਹੋਵੇ ਮਾਨਸਾ 'ਚ ਕਿੰਨੇ ਨੇ, ਬਠਿੰਡੇ 'ਚ ਕਿੰਨੇ ਨੇ, ਅੰਮ੍ਰਿਤਸਰ 'ਚ ਕਿੰਨੇ ਨੇ, ਜਲੰਧਰ 'ਚ ਕਿੰਨੇ ਨੇ, ਹੁਣ ਤਾਂ ਪਤਾ ਕਿਸੇ ਨੂੰ ਕੁਛ ਨਹੀਂ ਗਾ। ਅੱਛਾ, ਉਹ ਲੈਣ ਆਣ ਕੇ ਪੱਕੇ ਇੱਥੇ ਬਣਨ ਬਛਿੰਦੇ। ਹੁਣ ਇਹ ਭਗਵੰਤ ਕਹਿੰਦਾ ਜੀ ਸਾਡੇ ਬੱਚੇ ਵੀ ਤਾਂ ਕੈਨੇਡਾ ਅਮਰੀਕਾ ਜਾਂਦੇ, ਇਸ ਮੂਰਖ ਨੂੰ ਪੁੱਛੋ ਕਿ ਕੈਨੇਡਾ ਤੁਸੀਂ ਵਿਦਾਊਟ ਸ਼ਰਤਾਂ ਚਲ ਜਾਂਦੇ, ਪਹਿਲਾਂ ਪਾਸਪੋਰਟ ਚਾਹੀਦਾ, ਫਿਰ ਵੀਜ਼ਾ ਚਾਹੀਦਾ, ਫਿਰ PR ਦੀ ਫਾਈਲ ਲੱਗਦੀ ਆ, 4-5 ਸਾਲ ਲੱਗਦੇ ਸ਼ਰਤਾਂ ਦੀਆਂ, ਸ਼ਰਤਾਂ ਕਰਕੇ ਪੂਰੀਆਂ, ਫਿਰ 25-30-40 ਲੱਖ ਰੁਪਇਆ ਲੱਗਦਾ। ਇਹ ਸ਼ਰਤਾਂ ਹੀ ਤਾਂ ਇਹੀ ਤਾਂ ਮੈਂ ਕਹਿ ਰਿਹਾ, ਅਸੀਂ ਤਾਂ ਪੈਸੇ ਵੀ ਨਹੀਂ ਮੰਗਦੇ ਉਹਨਾਂ ਤੋਂ, ਅਸੀਂ ਕਹਿੰਦੇ ਸਿਰਫ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ। ਹਿਮਾਚਲ ਤਾਂ ਹਿੰਦੂ ਸਟੇਟ ਹੈ ਨਾ, ਉਹ ਤਾਂ ਐਂਟੀ ਨੈਸ਼ਨਲ ਨਹੀਂ ਹੋ ਸਕਦੀ। ਸੋ ਵਾਈ ਆਰ ਦੇ ਕਾਲਿੰਗ ਮੀ ਦਿਸ ਐਂਟੀ ਨੈਸ਼ਨਲ? ਮੈਂ ਇਹ ਲਾਅ ਇਸ ਲਈ ਚਾਹੁੰਦਾ, ਇੱਕ ਤਾਂ ਸਾਡੀਆਂ ਨੌਕਰੀਆਂ ਸਾਰੀਆਂ ਸਰਕਾਰੀ ਜਿਹੜੀਆਂ ਭਗਵੰਤ ਨੇ ਦਿੱਤੀਆਂ, ਇਹ ਮੈਜੋਰਿਟੀ ਬਾਹਰਲੇ ਸੂਬਿਆਂ ਦੇ ਲੋਕ ਹੀ ਲੈ ਗਏ। ਦੂਜਾ ਮੇਰਾ ਹੈਗਾ ਕਿ ਇਹ ਡੈਮੋਗ੍ਰਾਫਿਕ ਕ੍ਰਾਈਸਿਸ ਪੈਦਾ ਹੋ ਰਿਹਾ, ਸਾਡੀ 3 ਕਰੋੜ ਆਬਾਦੀ 'ਚੋਂ 70-75 ਗੈਰ ਪੰਜਾਬੀ ਜਿਹੜਾ ਉਹ ਵਿਦੇਸ਼ਾਂ ਨੂੰ, ਅਮੈਰੀਕਾ, ਯੂਰਪ, ਕੈਨੇਡਾ, ਮਿਡਲ ਈਸਟ, ਸਾਰਾ ਦੁਬਈ,
ਇਹ ਉਹਨਾਂ ਦੀ ਜਗ੍ਹਾ 'ਤੇ 70-75 ਲੱਖ ਦਾ ਜਿਹੜੀ ਆਬਾਦੀ ਸਾਡੀ ਉੱਧਰ ਗਈ ਵਿਦਆਊਟ ਰਜਿਸਟ੍ਰੇਸ਼ਨ, ਇੱਥੇ ਪਤਾ ਨਹੀਂ ਕਿੰਨੇ ਆਣ ਕੇ ਬਹਿ ਗਏ ਨੇ। ਅਗਰ 15-20 ਸਾਲ ਇਹ ਟ੍ਰੈਂਡ ਨਾ ਰੁਕਿਆ, 15-20 ਸਾਲ ਬਾਅਦ ਆ ਪੱਗ, ਆਹ ਜਿਹੜੀ ਆਪਾਂ ਜ਼ੁਬਾਨ ਬੋਲ ਰਹੇ ਪੰਜਾਬੀ, ਸਾਡਾ ਸੱਭਿਆਚਾਰ ਇਹ ਵੀਕ ਹੋ ਜੂਗਾ। ਅੱਛਾ, ਹਰ ਸਟੇਟ ਆਪਣੀ ਆਈਡੈਂਟੀ ਬਚਾ ਰਹੀ ਆ, ਹਰ ਸਟੇਟ ਚਾਹੁੰਦੀ ਆ ਕਿ ਸਾਡੀ ਭਾਸ਼ਾ ਬਚੀ ਰਹੇ। ਆਹ ਤਾਮਿਲਨਾਡੂ, ਕੇਰਲਾ ਵਗੈਰਾ ਜਾਓ, ਉੱਥੇ ਮੈਨੂੰ ਹਿੰਦੀ ਲਾਗੂ ਕਰਾ ਕੇ ਦਿਖਾਓ। ਇਸ ਕਰਕੇ ਕਿਉਂਕਿ ਉਹਨਾਂ ਦੀ ਭਾਸ਼ਾ ਕੰਨੜ, ਤੇਲਗੂ, ਆਪਣੀ ਜ਼ੁਬਾਨ ਲੋਕਾਂ ਨੂੰ ਕਨੈਕਟ ਕਰਦੀ ਹੈ, ਜ਼ੁਬਾਨ ਦੇਸ਼ ਬਣਾਉਂਦੀ ਹੈ, ਜ਼ੁਬਾਨ ਸੂਬੇ ਬਣਾਉਂਦੀ ਆ। ਇਸ ਕਰਕੇ ਇਹ ਡੈਮੋਗ੍ਰਾਫਿਕ ਕ੍ਰਾਈਸਿਸ ਆ, ਇਹ ਉਸ ਐਂਗਲ ਤੋਂ ਮੈਂ ਕਰ ਰਿਹਾ ਕਿ ਸਾਡਾ ਆਈਡੈਂਟੀ ਇਹ ਬੱਚੀ ਰਹਿਣੀ ਚਾਹੀਦੀ। ਔਰ ਹਿਮਾਚਲੀਆਂ ਨੇ ਬਹੁਤ ਅੱਛਾ ਕੰਮ ਕੀਤਾ, ਜੇ ਕਿਤੇ ਹਿਮਾਚਲ ਨੇ ਲੋਅ ਨਾ ਬਣਾਇਆ ਹੁੰਦਾ, ਅੱਜ ਨੂੰ ਉਹਨਾਂ ਦੇ ਨਿੱਕੇ ਨਿੱਕੇ ਬਾਗ ਆ ਸਾਰੇ ਬੰਬੇ, ਦਿੱਲੀ ਅਤੇ ਕੈਲਕਟਾ ਦੇ ਅਮੀਰਾਂ ਨੇ ਖਰੀਦ ਲੈਣੇ ਸੀ। ਇਹੀ ਗੱਲ ਡਾਕਟਰ ਵਾਈ ਐੱਸ ਪਰਮਾਰ ਨੇ 1972 ਵਿੱਚ ਸੋਚ ਲਿਆ ਕਿ ਮੈਂ ਆਪਣਾ ਹਿਮਾਚਲ ਬਚਾ ਲਾਂ, ਨਹੀਂ ਤਾਂ ਇਹ ਬਾਗ ਵਿਕ ਜਾਣੇ। ਇਹਨਾਂ ਬਾਗਬਾਨਾਂ ਨੇ ਆਪਣੇ ਬਾਗਾਂ 'ਚ ਨੌਕਰ ਬਣ ਜਾਣਾ ਸੀਗਾ। ਦਿਸ ਇਜ਼ ਐਗਜੈਕਟਲੀ ਵਾਟ ਆਈ ਐਮ ਸੇਇੰਗ ਕਿ ਸਾਨੂੰ ਸਾਡੇ ਸਟੇਟ 'ਚ ਕਿਤੇ ਨੌਕਰ ਨਾ ਬਣਨਾ ਪਵੇ। ਸਿੱਖਾਂ ਕੋ, ਪੰਜਾਬੀਆਂ ਕੋ ਦੱਸੋ ਹੋਰ ਸਟੇਟ ਕਿਹੜੀ ਆ? ਹੁਣ ਯੂਪੀ ਕੋਈ ਰਹਿੰਦਾ, ਉਹਦੀ ਤਾਂ ਬਿਹਾਰ ਵੀ ਸਟੇਟ ਹੈ, ਬਿਹਾਰ ਵਾਲੇ ਦੀ ਮੱਧਿਆ ਪ੍ਰਦੇਸ਼ ਵੀ ਸਟੇਟ ਹੈ, ਮੱਧਿਆ ਪ੍ਰਦੇਸ਼ ਦੀ ਰਾਜਸਥਾਨ ਵੀ ਸਟੇਟ ਹੈ। ਸੋ ਦੇਰ ਇਜ਼ ਅ ਸੈਂਟਰਲ ਹਿੰਦੀ ਬੈਲਟ। ਸਾਡੇ ਕੋਲ ਕਿਹੜੀ ਹੋਰ ਸਟੇਟ ਆ? ਜੇ ਅਸੀਂ ਸਟੇਟ 'ਚੋਂ ਕੱਢੇ ਗਏ ਤਾਂ ਫਿਰ ਰਵਾਂਗੇ ਕਿੱਥੇ ਜਾ ਕੇ ਅਸੀਂ? ਇਹ ਸਾਡੇ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ ਔਰ ਪੰਜਾਬ ਦੇ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਕਾਨੂੰਨ ਨੂੰ ਸਪੋਰਟ ਕਰਨਾ ਚਾਹੀਦਾ। ਬਹੁਤ ਸ਼ੁਕਰੀਆ, ਧੰਨਵਾਦ ਜੀ। ਤਾਂ ਕਾਂਗਰਸ ਦੇ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਆਪਣਾ ਏਜੰਡਾ ਵੀ ਦੱਸਿਆ ਔਰ ਮੁਕਾਬਲਾ ਕਿਸ ਦੇ ਨਾਲ ਇਹ ਵੀ ਤੈਅ ਕਰ ਦਿੱਤਾ। ਅਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਕਿਸ ਦੇ ਹੱਕ ਵਿੱਚ ਫਤਵਾ ਜਾਂਦਾ। ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ, ਕਹਿ ਵੀ ਸੀ ਪੰਜਾਬ, ਲੋਕ ਸਭਾ ਹਲਕਾ ਸੰਗਰੂਰ।